ਬਾਣਿਆ ਸਿਰ ਬਾਣੀ ਜੈਨ ਕੋ ਨਦਰ ਕਰਮ ਹੋਵ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿ ਉਹ ਸਾਰੰਗ ਪਾਣੀ ਕਹ ਨਾਨਕ ਸਦਾ ਗਾਵੋ ਏਹ ਸਚੀ ਬਾਣੀ ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਨ ਕੋ ਸਤ ਗੁਰ ਮਿਲਿਆ ਤਿੰਨ ਕਾਲੇ ਖਾ ਨਿਬੜਿਆ ਨਾਨਕ ਜਿਨ ਕੋ ਸਤ ਗੁਰ ਮਿਲਿਆ ਤਿੰਨ ਕਾਲੇ ਖਾ ਨਿਬੜਿਆ ਜੁਗ ਜੁਗ ਅਟਲ ਸੈਨਸਾ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਾਨ ਸ਼ਾ ਦਾਤੇ ਦੀ ਪਾਵਨ ਹਜ਼ੂਰੀ ਚ ਸੁਭਾਏ ਮਾਨ ਸਨਮਾਨਯੋਗ ਗੁਰੂ ਸਵਾਰੇ ਸਤਸੰਗਿਓ ਪਿਆਰ ਸਹਿਤ ਸਾਰੀਆਂ ਸੰਗਤਾਂ ਮਿਲ ਕੇ ਗੁਰ ਫਤੇ ਦੀ ਸਾਂਝ ਪਾਈਏ ਕੋਈ ਰਸਨਾ ਬਿਰਥੀ ਨਾ ਰਹੇ ਸਾਰੇ ਇਕਾਗਰ ਚਿੱਤ ਹੋਵ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜੇ ਹੋਏ ਦੀਵਾਨ ਵਿੱਚ ਵਿਦਵਾਨ ਜਨਨ ਪਾਸੋਂ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਗੁਰਬਾਣੀ ਹਰਜਸ ਕੀਰਤਨ ਸਾਰੀਆਂ ਸੰਗਤਾਂ ਨੇ ਸਰਵਣ ਕਰਕੇ ਲਾਹਾ ਲਿਆ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਨੌਜਵਾਨ ਬੱਚਿਆਂ ਪਾਸੋਂ ਭਾਈ ਸਾਹਿਬ ਭਾਈ ਅਕਾਲ ਜੋਤ ਸਿੰਘ ਉਹਨਾਂ ਦੇ ਸਾਥੀ ਤਨਾ ਪਾਸੋਂ ਗੁਰਬਾਣੀ ਕੀਰਤਨ ਸਰਵਣ ਕੀਤਾ ਤੁਧ ਬਾਜ ਪਿਆਰੇ ਕੇਵ ਰਹਾ ਸਾ ਵੜਿਆਈ ਦੇ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਏ ਜਿਸ ਅੱਗੇ ਪਿਆਰੇ ਜਾਏ ਕਹਾ ਇੱਕ ਮਾਲਕ ਦੇ ਅੱਗੇ ਤਰਲਾ ਇੱਕ ਮਾਲਕ ਦੇ ਅੱਗੇ ਅਰਦਾਸ ਤੇ ਉਸ ਮਾਲਕ ਦੇ ਅੱਗੇ ਅਰਦਾਸ ਜਿਸ ਨੂੰ ਬਾਣੀ ਕਹਿੰਦੀ ਵੀ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਉਪਰੰਤ ਹੁਣੇ-ਹੁਣੇ ਸਤਕਾਰਯੋਗ ਆਦਰਨੀਏ ਬੀਬੀ ਤਰਨ ਕੌਰ ਜੀ ਯੂਕੇ ਵਾਲੇ ਗੁਰੂ ਸਾਹਿਬ ਦੀ ਬਖਸ਼ਿਸ਼ ਅਨਸਾਰ ਜਿਹੜੇ ਤੰਤੀ ਸਾਜ਼ ਅੱਜ ਸਾਡੇ ਚੋਂ ਵਿਸਰ ਰਹੇ ਆ ਉਹਨਾਂ ਨੂੰ ਸੰਭਾਲ ਕੇ ਰੱਖਿਆ ਉਹਨਾਂ ਨੇ ਗੁਰਬਾਣੀ ਕੀਰਤਨ ਬਹੁਤ ਰਸਪੀਨੀ ਆਵਾਜ਼ ਨਾਲ ਭਜ ਕੇ ਅਬ ਹਮ ਚੱਲੀ ਠਾਕੁਰ ਪੈ ਹਾਰ जब हम शरण प्रभु की आई राख प्रभु भावे मार शब्द सुने ना सारे आखो सतनाम श्री भेनों सतनाम श्री घर तक पल्ले बन के लैके जाना इतने नहीं जाना अब हम चली ठाकुर पहार जब हम शरण प्रभु की आई राख प्रभु भावे मार उपरंत कोई बोला है? ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਏ ਅਖੀਰ ਵਿੱਚ ਆਖੋ ਸਤਨਾਮ ਸ਼੍ਰੀ ਵਾਇਗਰ ਤਉ ਮੈਂ ਆਇਆ ਸ਼ਰਣੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਪਾਵੈ ਜਿੱਦਾਂ ਤੈਨੂੰ ਚੰਗਾ ਲੱਗਦਾ ਚਤਰਾਈ ਕੋਈ ਨਹੀਂ ਸਿਆਣਪ ਕੋਈ ਨਹੀਂ ਮੇਰੇ ਚ ਆਯੋਗਤਾ ਆ ਮੈਂ ਇਹ ਕੁਝ ਕਰ ਸਕਦਾ ਹਾਂ ਮੈਂ ਇੰਨਾ ਪੜਿਆ ਲਿਖਿਆ ਹਾਂ ਮੈਂ ਇੰਨਾ ਵਿਦਵਾਨ ਹਾਂ ਮੇਰੇ ਕੋਲ ਆ ਕਲਾ ਆ ਮੇਰੇ ਕੋਲ ਆ ਹੁਨਰ ਆ ਮੇਰੇ ਕੋਲ ਆ ਐਜੂਕੇਸ਼ਨ ਆ ਮੈਨੂੰ ਆ ਕੁਝ ਆਉਂਦਾ ਹੈ ਮੈਨੂੰ ਬਾਣੀ ਬੜੀ ਆਉਂਦੀ ਆ ਮੈਂ ਅੰਮ੍ਰਿਤ ਵੇਲੇ ਇੰਨੇ ਵਜੇ ਉੱਠ ਖਲੋਣਾ ਹਾਂ ਮੈਂ ਇੰਨੀਆਂ ਬਾਣੀਆਂ ਪੜਦਾ ਹਾਂ ਮੈਂ ਇੰਨੇ ਸ਼ਬਦਾਂ ਦੀ ਕਥਾ ਕਰਦਾ ਹਾਂ ਮੈਂ ਐਡਾ ਵਿਦਵਾਨ ਹਾਂ ਕਹਿੰਦੇ ਮੇਰੇ ਕੋਲ ਕੱਖ ਨਹੀਂ ਮੇਰੇ ਕੋਲ ਕੁਝ ਨਹੀਂ ਜਿਉਂ ਪਾਵੇ ਤਿਉਂ ਰੱਖੋ ਸਵਾਮੀ ਮਾਰਗਗੁਰੂ ਹੈ ਪਠਾਇਆ ਪਠਾਇਆ ਦਾਰਤ ਹੁੰਦਾ ਭੇਜਿਆ ਕੱਲਿਆ ਜਿਉਂ ਭਾਵੈ ਤਿਉਂ ਰੱਖੋ ਸੁਆਮੀ ਆਸਾ ਕੀ ਵਾਰ ਚ ਪੜਦੇ ਜੇ ਇੱਕ ਸ਼ੰਤੋਂ ਦਾ ਗੁਰੂ ਰਾਮਦਾਸ ਦਾ ਸ਼ਬਦ ਕੀਰਤਨ ਸੁਣਦੇ ਹੋ ਅੰਮ੍ਰਿਤ ਵੇਲੇ ਆਸਾ ਕੀ ਵਾਰ ਜਾਂ ਕਰਦੇ ਹੋ ਜਿਸ ਨੂੰ ਅੱਜ ਦੇ ਸ਼ਬਦ ਵਿੱਚ ਤੁਸੀਂ ਸਰਵਣ ਕੀਤਾ ਜਿਉਂ ਭਾਵੈ ਤਿਉਂ ਰੱਖੋ ਸੁਆਮੀ ਉਹਨੂੰ ਗੁਰੂ ਰਾਮਦਾਸ ਸਾਹਿਬ ਅੰਮ੍ਰਿਤ ਵੇਲੇ ਆਸਾ ਕੀ ਵਾਰ ਚ ਸੁਣਦੇ ਹੋ ਜਿਉਂ ਭਾਵੈ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ RAM RAJE ਜਿਉ ਭਾਵੈ ਤਿਉ ਰੱਖੋ ਸੁਆਮੀ ਮਾਰਗ ਗੁਰਹ ਪਠਾਇਆ ਜਿਹੜਾ ਗੁਰੂ ਦੇ ਰਾਹ ਤੇ ਤੁਰ ਪਿਆਵਾ ਜਿਹੜਾ ਸਤਗੁਰ ਦੇ ਰਸਤੇ ਤੇ ਤੁਰ ਪਿਆ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਅਰਥਾਤ ਪਹਿਲਾ ਪ੍ਰਕਾਸ਼ ਉਤਸ਼ਵ ਮਨਾਉਣ ਦਾ ਭਾਵ ਇਹਵੇਂ ਮੈਂ ਕਿੰਨਾ ਗੁਰੂ ਦੇ ਰਸਤੇ ਦੇ ਉੱਤੇ ਤੁਰਿਆ ਆ ਕਿਤਨਾ ਮੈਂ ਗੁਰੂ ਦਾ ਮਾਰਗ ਪਹਿਲਾਂ ਨਾਲੋਂ ਜ਼ਿਆਦਾ ਅਪਣਾ ਲਿਆ ਆ ਮੇਰੇ ਮਨ ਹਿਰਦੇ ਦੀ ਬੈਟਰੀ ਕਿੰਨੀ ਚਾਰਜ ਹੋ ਗਈ ਆ ਇਹ 5 4 ਦਿਨਾਂ ਦੇ ਵਿੱਚ ਪੁੱਛਿਆ ਜੇ ਕਦੇ ਘਰ ਜਾ ਕੇ ਆਪਣੇ ਦਿਲ ਕੋਲ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮੈਂ ਇਹਨਾਂ ਦਿਨਾਂ ਚ ਕੀਰਤਨ ਸੁਣਿਆ ਬਾਣੀ ਸੁਣੀ ਵਿਚਾਰਾਂ ਸੁਣੀਆਂ ਕਥਾ ਸੁਣੀ ਸ਼ਬਦ ਸੁਣੇ ਕੋਈ ਬੈਟਰੀ ਚਾਰਜ ਹੋਈ ਕੋਈ ਅੰਤਿਸ਼ ਕਰਨ ਦਾ ਹਨੇਰਾ ਮੁਕਾ ਅੰਤਿਸ਼ ਕਰਨ ਵਿੱਚ ਕੋਈ ਚਾਨਣਾ ਹੋਇਆ ਚਾਨਣਾ ਚਾਂਦਨ ਆਂਗਨ ਪ੍ਰਭ ਜੀ ਉਹ ਅੰਤਰ ਚਾਂਦਨ ਧਿਆਨ ਦਿਹਾਜੇ ਸਭ ਤੋਂ ਪਹਿਲਾ ਕੀਰਤਨੀਆਂ ਗੁਰੂ ਨਾਨਕ ਦਾ ਜਿਨ੍ਹਾਂ ਦਾ ਦਿਹਾੜਾ ਮਨਾ ਰਹੇ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਬਾਣੀ ਦਾ ਖਜ਼ਾਨਾ ਹੀ ਆ ਨਾ ਸ਼ਬਦ ਦਾ ਖਜ਼ਾਨਾ ਨਾ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦਾ ਸਭ ਤੋਂ ਪਹਿਲਾ ਕੀਰਤਨੀਆਂ ਭਾਈ ਸਾਹਿਬ ਭਾਈ ਮਰਦਾਨਾ ਤਕਰੀਬਨ 50 ਸਾਲ ਅੱਧੀ ਸਦੀ ਰਬਾਬ ਵਜਾਇਆ ਉਹਨੇ ਬਾਬੇ ਨਾਨਕ ਦੇ ਨਾਲ ਉਹਦਾ ਇੱਕ ਬਚਨ ਸਾਂਝਾ ਕਰਨ ਲੱਗਾ ਗੁਰਬਾਣੀ ਕੀ ਆ ਜਿਨ੍ਹਾਂ ਨੇ ਸ਼ਬਦ ਗਾ ਲਿਆ ਆ ਸੁਣ ਲਿਆ ਆ ਗਾ ਕੇ ਕਮਾ ਲਿਆ ਆ ਅੰਤਿਸ਼ ਕਰਨ ਵਿੱਚ ਵਸਾ ਲਿਆ ਆ ਜਿਨ੍ਹਾਂ ਨੇ ਰੋਮ ਰੋਮ ਚ ਟਿਕਾ ਲਿਆ ਆ ਸਜਣਾ ਚੇਤੇ ਰਖੀ ਉਹਨਾਂ ਨੇ ਸਹੀ ਅਰਥਾਂ ਚ ਗੁਰੂ ਨਾਨਕ ਨੂੰ ਪਾ ਲਿਆ ਗੁਰੂ ਨਾਨਕ ਨੂੰ ਉਹਨਾਂ ਨੇ ਪਾਇਆ ਜਿਨ੍ਹਾਂ ਨੇ ਗਾਇਆ ਕਮਾਇਆ ਤੇ ਵਸਾਇਆ 50 ਸਾਲ ਰਬਾਬ ਵਜਾਉਣ ਵਾਲਾ ਸਿੱਖ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਸਾਹਮਣੇ ਬੈਠਾ ਮਰਦਾਨਾ ਤੇ ਹੱਥ ਜੋੜ ਕੇ ਪਤਾ ਕੀ ਆਖਦਾ ਹੈ ਕਹਿੰਦਾ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਗੁਰੂ ਨਾਨਕ ਦੇਵ ਸਾਹਿਬ ਨੂੰ ਕੋਈ ਇਹ ਗੱਲ ਆਖੇ ਪੀ ਗੁਰੂ ਨਾਨਕ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਫਰਕ ਨਹੀਂ ਔਖੀ ਗੱਲ ਐ ਇਹਨੂੰ ਆਪਾਂ ਤਾਂ ਨਹੀਂ ਨਾ ਕਹਿ ਸਕਦੇ ਪੀ ਗੁਰੂ ਨਾਨਕ ਤੇਰੇ ਤੇ ਮੇਰੇ ਵਿੱਚ ਕੋਈ ਬਹੁਤਾ ਫਰਕ ਨਹੀਂ ਆ ਭਾਈ ਮਰਦਾਨੇ ਨੇ ਆਖਿਆ ਜੇ ਕੱਲਾ ਸ਼ਬਦ ਹੀ ਨਹੀਂ ਗਾਇਆ ਰਬਾਬ ਹੀ ਨਹੀਂ ਵਜਾਇਆ ਗੁਰਨਾਨਕ ਦਾ ਐਸਾ ਸਾਥੀ ਹੋ ਗਿਆ ਆ ਕਹਿੰਦਾ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਤੇ ਤੇਰੇ ਤੇ ਮੇਰੇ ਚ ਕੋਈ ਬਹੁਤਾ ਫਰਕ ਨਹੀਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਮੁਸਕਰਾਏ ਹੱਸ ਪਏ ਤੇ ਹੱਸ ਕੇ ਕਹਿੰਦੇ ਮਰਦਾਨਿਆ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਇਸ ਦਾ ਕੀ ਭਾਵ ਇਸ ਦਾ ਕੀ ਮਤਲਬ ਤਾਂ ਮਰਦਾਨਾ ਬੋਲਿਆ ਕਹਿੰਦਾ ਬਾਬਾ ਅੰਤਰ ਕਾਦਾ ਫਰਕ ਕਾਦਾ ਤਿੰਨ ਬਾਤਾਂ ਆਖੀਆਂ ਮਰਦਾਨੇ ਨੇ ਧਿਆਨ ਨਾਲ ਸੁਣਿਓ ਤਾਂ ਮਰਦਾਨਾ ਬੋਲਿਆ ਬਾਬਾ ਅੰਤਰ ਕਾਦਾ ਤੂੰ ਪਰਮਾਤਮਾ ਦਾ ਡੂਮ ਤੇ ਮੈਂ ਤੇਰਾ ਡੂਮ ਪਹਿਲਾ ਬਚਨ ਏ ਸੀ ਤੂੰ ਜਿਹੜਾ ਵਡਿਆਈ ਕਰਨ ਵਾਲਾ ਉਹਨੂੰ ਡੂਮ ਕਹਿੰਦੇ ਆਂ RAM KALI KI VAR RAE BALWAND TATHA SATTE DOOM AKHI ਗੁਰੂ ਗ੍ਰੰਥ ਸਾਹਿਬ ਪਾਈ ਸਤਾ ਬਲਵੰਡਾ ਵਾਸਤੇ ਕਹਿੰਦਾ ਬਾਬਾ ਪਹਿਲਾ ਬਚਨ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਅੰਤਰ ਕਾਦਾ ਤੂੰ ਪਰਮਾਤਮਾ ਦਾ ਡੂਮ ਤੇ ਮੈਂ ਤੇਰਾ ਡੂਮ ਤੂੰ ਬਾਬਾ ਨਾਨਕ ਰੱਬ ਦੀ ਸਿਫਤ ਕਰਦਾ ਹਾਂ ਤੂੰ ਰੱਬ ਦੀ ਸਿਫਤ ਕਰਦਾ ਤੇ ਮੈਂ ਇਹ ਨਹੀਂ ਕਿ ਮੈਂ ਰੱਬ ਦੀ ਸਿਫਤ ਕਰਦਾ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਤੂੰ ਰੱਬ ਦੀ ਸਿਫਤ ਕਰਦਾ ਹਾਂ ਤੇ ਮੈਂ ਤੇਰੀ ਸਿਫਤ ਕਰਦਾ ਤੀਸਰਾ ਵਚਨ ਗੁਰੂ ਨਾਨਕ ਦੀ ਸਿਫਤ ਕਿਉਂ ਕਰਦਾ ਮਰਦਾਨਾ ਗੁਰੂ ਨਾਨਕ ਦੀ ਵਡਿਆਈ ਕਿਉਂ ਕਰਦਾ ਮਰਦਾਨਾ ਗੁਰੂ ਨਾਨਕ ਦੀ ਸਿਫਤ ਕਿਉਂ ਕਰਦਾ ਭਾਈ ਮਰਦਾਨਾ ਪੇ ਸਤਿਗੁਰੂ ਤੂੰ ਪਰਮਾਤਮਾ ਦੀ ਕਰਤਾਰ ਦੀ ਸਿਫਤ ਕਰਦਾ ਤੇ ਮੈਂ ਤੇਰੀ ਸਿਫਤ ਤੇਰੀ ਵਡਿਆਈ ਕਰਦਾ ਪਤਾ ਕਿਉਂ ਤੀਜੇ ਬਚਨ ਤੋਂ ਸਪਸ਼ਟ ਹੋ ਜਾਏਗਾ ਹੱਥ ਜੋੜੇ ਤੇ ਚਰਨਾ ਤੇ ਸਿਰ ਰੱਖ ਲਿਆ ਮਰਦਾਨੇ ਨੇ ਤੀਜਾ ਬਚਨ ਚਰਨਾ ਤੇ ਸਿਰ ਰੱਖ ਕੇ ਆਖਿਆ ਕਹਿਣ ਲੱਗਾ ਬਾਬਾ ਨਾਨਕ ਤੂੰ ਰੱਬ ਦਾ ਦਰਸ਼ਨ ਕੀਤਾ ਵਾ ਤੂੰ ਰੱਬ ਦਾ ਨਰੰਕਾਰ ਦਾ ਵਾਹਿਗੁਰੂ ਦਾ ਦਰਸ਼ਨ ਕੀਤਾ ਮੇਰੇ ਦਿਲ ਮੇਰੀ ਆਤਮਾ ਮੇਰੀਆਂ ਅੱਖੀਆਂ ਤੇ ਮੇਰੀ ਰੂਹ ਕੋਲੋਂ ਪੁੱਛ ਬਾਬਾ ਨਾਨਕ ਮੈਂ ਤੇਰੇ ਵਿੱਚੋਂ ਰੱਬ ਵੇਖਿਆ ਤੇਰੇ ਵਿੱਚੋਂ ਰੱਬ ਵੇਖਿਆ ਜਿੱਦਣ ਦਾ ਤੇਰਾ ਦਰਸ਼ਨ ਕਰ ਲਿਆ ਜਿਸ ਦਿਨ ਦਾ ਬਾਬਾ ਤੇਰਾ دیدار ਕਰ ਲਿਆ ਕਿਸੇ ਅੱਲਾ ਖੁਦਾ ਰੱਬ ਗੋਡ ਪਰਮੇਸ਼ਰ ਦੀ ਲੋੜ ਹੀ ਨਹੀਂ ਰਹੀ ਤੇਰੇ ਸਾਹਮਣੇ ਬੈਠਦਾ ਹਾਂ ਤੇ ਤੇਰੇ ਨੂਰੀ ਚਿਹਰੇ 'ਚੋਂ ਮੈਨੂੰ ਅੱਲਾ ਖੁਦਾ ਰੱਬ ਦਾ ਦਰਸ਼ਨ ਹੋ ਜਾਂਦਾ ਜਦੋਂ ਤਿੰਨ ਬਚਨ ਆਖੇ ਨਾ ਮਰਦਾਨਾ ਜੀ ਗੁਰੂ ਨਾਨਕ ਦੇਵ ਸਾਹਿਬ ਨੇ ਮੋਢੇ ਤੇ ਹੱਥ ਰੱਖ ਕੇ ਕਿਹਾ ਤੇ ਇਦਾਂ ਗਲਣਾ ਲਾ ਲਾ ਤੇ ਗਲ ਨਾਲ ਲਾ ਕੇ ਪਤਾ ਕੀ ਕਹਿੰਦੇ ਕਹਿਣ ਲੱਗੇ ਮਰਦਾਨਿਆਂ ਜੇ ਇਹ ਤਿੰਨ ਬਚਨਿਆ ਨਾ ਜਿਹੜੇ ਤੂੰ ਬੋਲੇ ਆ ਪਈ ਬਾਬਾ ਨਾਨਕ ਤੂੰ ਪਰਮਾਤਮਾ ਦਾ ਢੂਮ ਤੇ ਮੈਂ ਤੇਰਾ ਢੂਮ ਤੂੰ ਰੱਬ ਦੀ ਸਿਫਤ ਕਰਨ ਵਾਲਾ ਤੇ ਮੈਂ ਤੇਰੀ ਸਿਫਤ ਕਰਦਾ ਤੂੰ ਰੱਬ ਦਾ ਬਾਬਾ ਨਾਨਕ ਦਰਸ਼ਨ ਕੀਤਾ ਤੇ ਮੈਂ ਤੇਰੇ ਵਿੱਚੋਂ ਰੱਬ ਵੇਖਿਆ ਗੁਰੂ ਨਾਨਕ ਦੇਵ ਜੀ ਸਭ ਕਹਿੰਦੇ ਮਰਦਾਨਿਆਂ ਜੇ ਇਹ ਤਿੰਨ ਗੱਲਾਂ ਨਾ ਜੇ ਇਹ ਤਿੰਨ ਬਤਾਂ ਜਿਹੜਾ ਬਚਨ ਸਾਰਿਆਂ ਨਾਲੋਂ ਪਹਿਲਾਂ ਆਖਿਆ ਸੀ ਨਾ ਸਭ ਤੋਂ ਪਹਿਲਾਂ ਜਿਹੜਾ ਬੋਲ ਬੋਲਿਆ ਸੀ ਉਹਦੇ ਵਿੱਚ ਹੁਣ ਥੋੜਾ ਜਿਹਾ ਫਰਕ ਪਾ ਲਾ ਉਹਦੇ 'ਚ ਹੁਣ ਥੋੜਾ ਜਿਹਾ ਫਰਕ ਪਾ ਲਾ ਤੂੰ ਵੀ ਮਰਦਾਨਾ ਕਹਿੰਦਾ ਮਹਾਰਾਜ ਉਹ ਕਿਹੜਾ ਸਾਰਿਆਂ ਤੋਂ ਪਹਿਲਾਂ ਬਚਨ ਮਰਦਾਨੇ ਨੇ ਭਲਾ ਕਿਹੜਾ ਆਖਿਆ ਸੀ ਵੀ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਜਦੋਂ ਤੁਸੀਂ ਕਿਸੇ ਨੂੰ ਇਹ ਕਹਿੰਦੇ ਹੋ ਨਾ ਵੀ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਫਰਕ ਨਹੀਂ ਇਹਦਾ ਮਤਲਬ ਇਹ ਹੁੰਦਾ ਵਾ ਵੀ ਥੋੜਾ ਬਹੁਤਾ ਫਰਕ ਹੈਗਾ ਵਾ ਜਦੋਂ ਕੋਈ ਬਹੁਤਾ ਫਰਕ ਨਹੀਂ ਇਹਦਾ ਮਤਲਬ ਥੋੜਾ ਬਹੁਤਾ ਫਰਕ ਤੇ ਹੈਗਾ ਹੀ ਹੈ ਨਾ ਗੁਰੂ ਨਾਨਕ ਦੇਵ ਜੀ ਸਾਹਿਬ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ ਮਰਦਾਨਿਆਂ ਜੇ ਇਹ ਤਿੰਨ ਬਾਤਾਂ ਸੁ ਤੇ ਜਿਹੜਾ ਸਾਰਿਆਂ ਨਾਲੋਂ ਪਹਿਲਾ ਲਫ਼ਜ਼ ਬੋਲਿਆ ਸੀ ਨਾ ਪੀ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਕਹਿੰਦੇ ਮਰਦਾਨਿਆਂ ਹੁਣ ਇੰਜ ਕਰ ਇਹਦੇ ਵਿੱਚੋਂ ਬਹੁਤਾ ਲਫ਼ਜ਼ ਕੱਢ ਦੇ ਇਹਦੇ ਚੋਂ ਬਹੁਤਾ ਸ਼ਬਦ ਕੱਢ ਦੇ ਇਹ ਨਾ ਬੋਲ ਕਿ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਹੁਣ ਬਹੁਤਾ ਲਫ਼ਜ਼ ਨਾ ਆਖ ਬਹੁਤਾ ਕੱਢ ਕੇ ਬੋਲ ਖਾਂਪਲਾ ਵਿੱਚ ਇਹਦੇ ਚੋਂ ਬਹੁਤਾ ਲਫ਼ਜ਼ ਡਿਲੀਟ ਕਰ ਦੇ ਵਿੱਚੋਂ ਕੱਢ ਦੇ ਹੁਣ ਬੋਲ ਖਾਂਪਲਾ ਮਰਦਾਨਾ ਪਤਾ ਕੀ ਕਹਿੰਦਾ ਪਿਆਰ ਵੇਖਿਓ ਸਿੱਖ ਦਾ ਗੁਰੂ ਨਾਲ ਜੇ ਤੂੰ ਹੀ ਕਿਤੇ ਗੁਰੂ ਦੇ ਬਣ ਗਏ ਜਣਾ ਕਿਥੋਂ ਤੱਕ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਗੱਲ ਨਾ ਲਾ ਕੇ ਤੁਹਾਨੂੰ ਕਿਥੋਂ ਤੱਕ ਪਹੁੰਚਾ ਦਿੰਦਾ ਕਹਿੰਦੇ ਮਰਦਾਨੇ ਹੁਣ ਇਹ ਨਾ ਕਹੇ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਬਹੁਤਾ ਸ਼ਬਦ ਕੱਢਦੇ ਇਹਦੇ ਚੋਂ ਉੱਥੇ ਜੀ ਪਰਾਤਨ ਜਨਮ ਸਾਖੀ ਚ ਇੱਕ ਬਚਨ ਆ ਭਾਈ ਕਾਨ ਸਿੰਘ ਨਾਭਾ ਨੇ ਵੀ ਬਚਨ ਲਿਖੇ ਤਾ ਮਰਦਾਨਾ ਬੋਲਿਆ ਕਹਿੰਦਾ ਬਾਬਾ ਜੋ ਮੇਰੇ ਦਿਲ ਆਇਆ ਸੋ ਮੈਂ ਬੋਲ ਦਿੱਤਾ ਜੋ ਤੇਰੇ ਦਿਲ ਆਵੇ ਸੋ ਤੂੰ ਬੋਲ ਉਹ ਕਹਿੰਦਾ ਜੋ ਮੇਰੇ ਦਿਲ ਚ ਆਇਆ ਮੈਂ ਕਹਿ ਦਿੱਤਾ ਹੁਣ ਬਾਬਾ ਨਾਨਕ ਜੋ ਤੁਹਾਡੇ ਦਿਲ ਚ ਆਉਂਦਾ ਤੁਸੀਂ ਬੋਲੋ ਤੇ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਕੱਲਾ ਬੋਲਿਆ ਨਹੀਂ ਆਪਣੀ ਗਲਵਕੜੀ ਚ ਲੈ ਕੇ ਤਾਂ ਬਾਬਾ ਬੋਲਿਆ ਧੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਹੁਣ ਇਹ ਬਾਤ ਨਹੀਂ ਕਿ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਹੁਣ ਸ਼ਬਦ ਇਹ ਬਣ ਗਿਆ ਮਰਦਾਨਿਆ ਤੇਰੇ ਵਿੱਚ ਤੇ ਮੇਰੇ ਵਿੱਚ ਅੰਤਰ ਨਹੀਂ ਅੰਤਰ ਨਹੀਂ ਫਰਕ ਹੀ ਕੋਈ ਨਹੀਂਗਾ ਕੱਲਾ ਇਹਨਾ ਬਚਨ ਹੀ ਨਹੀਂ ਆਖਿਆ ਮਰਦਾਨਿਆ ਤੇਰੇ ਵਿੱਚ ਤੇ ਮੇਰੇ ਵਿੱਚ ਅੰਤਰ ਨਹੀਂ ਫਿਰ ਆਖ ਦਿੱਤਾ ਕਹਿੰਦੇ ਜਿਹੜਾ ਤੇਰੇ ਤੇ ਮੇਰੇ ਵਿੱਚ ਅੰਤਰ ਸਮਝੇਗਾ ਜਿਹੜਾ ਤੇਰੇ ਤੇ ਮੇਰੇ ਚ ਫਰਕ ਸਮਝੇਗਾ ਉਹਦੀ ਝੋਲੀ ਵਿੱਚ ਗੁਰੂ ਨਾਨਕ ਦੀ ਖੁਸ਼ੀ ਨਹੀਂ ਵਹਿ ਸਕਦੀ ਗੁਰੂ ਦੀ ਖੁਸ਼ੀ ਉਹਦੀ ਝੋਲੀ ਚ ਨਹੀਂ ਜਿਹੜਾ ਤੇਰੇ ਤੇ ਮੇਰੇ ਚ ਅੰਤਰ ਸਮਝੂਗਾ ਨਾਨਕ ਵੀ ਆਪਣੇ ਸਿੱਖ ਤੇ ਪਿਆਰ ਕਰਨ ਵਾਲਿਆਂ ਦੇ ਦਿਲਾਂ ਦੇ ਉੱਤੇ ਬੈਠਾ ਆ ਹਿਰਦਿਆਂ ਚ ਬੈਠਾ ਅੱਜ ਕਦੀ ਕਦੀ ਆਪਾਂ ਇਹ ਗੱਲ ਕਹਿ ਦਿੰਨੇ ਮੈਂ ਪੁਸਤਕਾਂ ਦੇ ਵਿੱਚ ਵੀ ਪੜ੍ਹੀ ਆ ਇਹ ਬਾਤ ਇਦਾਂ ਨਾ ਆਖਿਆ ਕਰੋ ਇੱਕ ਗੱਲ ਧਿਆਨ ਨਾਲ ਸੁਣਿਓ ਆਪਾਂ ਕਦੀ ਕਦੀ ਅਜ ਕਹਿ ਦਿੰਨੇ ਭਾਈ ਮਰਦਾਨਾ ਤਕਰੀਬਨ 50 ਸਾਲ ਗੁਰੂ ਨਾਨਕ ਦੇ ਨਾਲ ਰਿਹਾ ਆ ਇਹ ਨਾ ਆਖਿਆ ਕਰੋ ਇਸ ਤਰ੍ਹਾਂ ਨਹੀਂ ਆਖੀਦਾ ਕਿ ਮਰਦਾਨਾ ਬਾਬੇ ਨਾਨਕ ਦੇ ਨਾਲ 50 ਸਾਲ ਰਿਹਾ ਆ ਰਿਹਾ ਪਤਾ ਕੌਣ ਹੁੰਦਾ ਗੁਰੂ ਨਾਨਕ ਨਾਲ ਰਿਹਾ ਆ ਰਿਹਾ ਕੌਣ ਹੁੰਦਾ ਭਲਾ ਜਿਹੜਾ 50 ਸਾਲਾਂ ਬਾਅਦ ਛੱਡ ਕੇ ਚਲਾ ਗਿਆ ਉਹਨੂੰ ਕਹਿੰਦੇ ਰਿਹਾ ਆ ਕਹਿੰਦੇ ਹੋ ਨਾ ਤੁਹਾਡੇ ਗਵਾਂਢ ਕੋਈ ਆਲੇ ਦੁਆਲੇ ਕੋਈ 10 15 ਸਾਲ ਬੰਦਾ ਰਹਿ ਗਿਆ ਹੋਵੇ ਤੁਹਾਡੇ ਗਵਾਂਢ ਚ ਤੇ ਤੁਸੀਂ ਪਤਾ ਸਾਈਡ ਸਭਾਈ ਕੀ ਕਹਿੰਦੇ ਕਹਿੰਦੇ ਉਹ ਫਲਾਣਾ ਬੰਦਾ ਜਿਹੜਾ ਕੁਵਾਲੰਪੁਰ ਦੇ ਵਿੱਚ ਸਾਡੇ ਕੋਲ 15 ਸਾਲ ਰਿਹਾ ਆ ਉਹਦਾ ਕੀ ਮਤਲਬ ਨਿਕਲਿਆ ਹੁਣ 15 ਸਾਲਾਂ ਬਾਅਦ ਛੱਡ ਕੇ ਚਲਾ ਗਿਆ ਰਿਹਾ ਉਹ ਹੁੰਦਾ ਜਿਹੜਾ ਛੱਡ ਕੇ ਚਲਾ ਜਾਏ ਇਹ ਨਾ ਆਖਿਆ ਕਰੋ ਭਾਈ ਮਰਦਾਨਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ 15 50 ਸਾਲ ਰਿਹਾ ਵਾ ਨਹੀਂ ਉਹ 50 ਸਾਲ ਨਹੀਂ ਰਿਹਾ ਭਾਈ ਮਰਦਾਨਾ ਅੱਜ ਵੀ ਗੁਰੂ ਨਾਨਕ ਦੇ ਨਾਲ ਆ ਅੱਜ ਵੀ ਗੁਰੂ ਨਾਨਕ ਦੇ ਨਾਲ ਆਓ ਭਾਈ ਮਰਦਾਨਾ ਕੀਰਤਨ ਰੂਪ ਹੋ ਕੇ ਭਾਈ ਮਰਦਾਨਾ ਸ਼ਬਦ ਰੂਪ ਹੋ ਕੇ ਖਸਮ ਦੀ ਬਾਣੀ ਵਿੱਚ ਸਦਾ ਵਾਸਤੇ ਗੁਰੂ ਨਾਨਕ ਦੇ ਨਾਲ ਬਹਿ ਗਿਆ ਵਾ ਬਿਆਗੜਾ ਰਾਗ ਪੜਿਓ ਬਿਆਗੜਾ ਰਾਗ ਦੀ ਵਾਰ ਚ ਦੋ ਸ਼ਬਦ ਉਚਾਰਨ ਕੀਤੇ ਜੀ ਗੁਰੂ ਨਾਨਕ ਸਾਹਿਬ ਦੇ ਦੋ ਸ਼ਲੋਕ ਜਿਹਦੇ ਨਾਲ ਲਿਖਿਆ ਸ਼ਲੋਕ ਮਰਦਾਨਾ ਪਹਿਲਾ ਬਿਆਗੜਾ ਰਾਗ ਦੀ ਵਾਰ ਜਿਹੜੇ ਬਾਣੀ ਪੜਨ ਵਾਲੇ ਤੁਸੀਂ ਗੁਰੂ ਪਿਆਰੇ ਬੈਠੇ ਜੇ ਪੜ ਕੇ ਵੇਖਿਓ ਸ਼ਲੋਕ ਮਰਦਾਨਾ ਪਹਿਲਾ ਫਿਰ ਅੱਗੇ ਜਾ ਕੇ ਇੱਕ ਸ਼ਲੋਕ ਆਊਗਾ ਉੱਥੇ ਲਿਖਿਆ ਮਰਦਾਨਾ ਪਹਿਲਾ ਇਹ ਜੁਗੋ ਜੁਗ ਅਟਲ ਖਸਮ ਦੀ ਬਾਣੀ ਆ ਜਿਹੜੇ ਗੁਰੂ ਦੇ ਹੋ ਗਏ ਉਨੇ ਜੁਗਾਂ ਤੱਕ ਇਸ ਧਰਤੀ ਦੇ ਉੱਤੇ ਅਮਰ ਕਰ ਦਿੱਤੇ ਆਉਨੇ ਕੌਣ ਜਿਹੜੇ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ ਸਵੇਰੇ ਕਥਾ ਕਰਦਿਆਂ ਗੁਰਦੁਆਰਾ ਸਾਹਿਬ ਪੀ ਜੇ ਮੈਂ ਇੱਕ ਗੱਲ ਆਖੀ ਸੀ ਕਿ ਸਾਧ ਸੰਗਤ ਜਿਹੜਾ ਗੁਰੂ ਗੁਰੂ ਨਾਨਕ ਦੇਵ ਸਾਹਿਬ ਦਾ ਗੁਰੂ ਗੁਰਮੁਖ ਪਾਰੇ ਬੈਠੇ ਸੀ ਕਾਫੀ ਸੰਗਤ ਤੁਸੀਂ ਉੱਥੇ ਸਵੇਰੇ ਹਾਜ਼ਰ ਹੋ ਜਿਹੜਾ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਗੁਰੂ ਕੋਈ ਹੋਇ ਗੁਰੂ ਅੱਜ ਸਿੱਖ ਦਾ ਗੁਰੂ ਸਮਝ ਆਉਂਦੀ ਐ ਗੁਰੂ ਨਾਨਕ ਦੇਵ ਸਾਹਿਬ ਨੂੰ ਜੋਗੀ ਪੁੱਛਦੇ ਤੇਰਾ ਕਮਨ ਗੁਰੂ ਜਿਸ ਕਾ ਤੂੰ ਚੇਲਾ ਤੇ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਸ਼ਬਦ ਗੁਰੂ ਸੁਰਤ ਤੂੰ ਚੇਲਾ ਤੇ ਅੱਜ ਸਿੱਖ ਦਾ ਗੁਰੂ ਕੌਣ ਐ ਹਾ ਹੈਗਾ ਦੁਨੀਆਂ 'ਚ ਕੋਈ ਐਹੋ ਜਿਹਾ ਗੁਰੂ ਸੰਸਾਰ 'ਚ ਵੇਖਿਆ ਜੇ ਐਹੋ ਜਿਹਾ ਮੁਰਸ਼ਿਦ ਐਹੋ ਜਿਹਾ ਸਤਗੁਰ ਐਹੋ ਜਿਹਾ ਪੈਗੰਬਰ ਉਹਨੂੰ ਪੁੱਛੀਏ ਤੇਰਾ ਗੁਰੂ ਕੌਣ ਉਹ ਕਹਿੰਦਾ ਸ਼ਬਦ ਤੇ ਅੱਜ ਗੁਰੂ ਨਾਨਕ ਦੇ ਸਿੱਖਾਂ ਨੂੰ ਪੁੱਛੋ ਤੁਹਾਡਾ ਗੁਰੂ ਕੌਣ ਕਹਿੰਦੇ ਸ਼ਬਦ ਗੁਰਪੀਰਾ ਗੈਰ ਗੰਭੀਰਾ ਬਿਨ ਸ਼ਬਦ ਹੈ ਜਗ ਬਉਰਾਨੰ ਹੱਦ ਹੋ ਗਈ ਉਹ ਗੁਰੂ ਕੇ ਸਿੱਖੋ ਇਹਦੇ ਨਾਲੋਂ ਵੱਧ ਕੇ ਪਿਆਰ ਇਹਦੇ ਨਾਲੋਂ ਵੱਧ ਕੇ ਅਪੇਧਤਾ ਇਹਦੇ ਨਾਲੋਂ ਵੱਧ ਕੇ ਤੁਹਾਨੂੰ ਕਿਹੜਾ ਦਰਜਾ ਦੇ ਦੇ ਇੱਥੋਂ ਤੱਕ ਗੁਰੂ ਨਾਨਕ ਤੁਹਾਨੂੰ ਲੈ ਗਿਆ ਮੇਰਾ ਦਾਤਾ ਉਹ ਕਹਿੰਦੇ ਜਿਹੜਾ ਗੁਰੂ ਮੇਰਾ ਉਹ ਯੋ ਗੁਰੂ 13 ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੌਰਾਨ ਜਿਸ ਨੂੰ ਵੀ ਤਾਰਿਆ ਆ ਕੋਈ ਬਹੁਤੇ ਨਾਂ ਨਹੀਂ ਲੈਣੇ ਮੈਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਜਿਸ ਨੂੰ ਗੁਰ ਦੀ ਖਿਆ ਦਿੱਤੀ ਆ ਜਿਸ ਨੂੰ ਭਵ ਸਾਗਰ ਤੋਂ ਪਾਰ ਕੀਤਾ ਜਿਸ ਦੀ ਜਨਮਾ ਜਨਮਾ ਤਰਾਂ ਦੀ ਟੁੱਟੀ ਸੁਰਤ ਨੂੰ ਰੱਬ ਨਾਲ ਗੁਰੂ ਨਾਨਕ ਨੇ ਜੋੜਿਆ ਭਾਵੇਂ ਉਹ ਸੱਜਣ ਆ ਜਿਹੜਾ ਠਗੀਆਂ ਮਾਰਦਾ ਸੀ ਹੁਣ ਸੱਜਣ ਠੱਗ ਨਹੀਂ ਗਾਉ ਹੁਣ ਨਾ ਉਹਨੂੰ ਆਖਿਆ ਕਰੋ ਸੱਜਣ ਠੱਗ ਹੁਣ ਉਹ ਭਾਈ ਸੱਜਣਵਾ ਠਾਗੋ ਨਹੀਂ ਥੇਰ ਸੀ ਜਿੰਨੀ ਥੇਰ ਗੁਰੂ ਨਾਨਕ ਦਾ ਮਲਾਪ ਨਹੀਂ ਸੀਗਾ ਹੋਇਆ ਭਾਵੇਂ ਉਹ ਸੱਜਣ ਆ ਭਾਵੇਂ ਉਹ ਭੂਮੀਆਂ ਆ ਭਾਵੇਂ ਉਹ ਕੌਡਾ ਆ ਭਾਵੇਂ ਉਹ ਵਲੀ ਕੰਧਾਰੀ ਆ ਭਾਵੇਂ ਉਹ ਪੀਰ ਦਸਤਗੀਰ ਆ ਭਾਵੇਂ ਉਹ ਮੱਕੇ ਦੀ ਧਰਤੀ ਆ ਭਾਵੇਂ ਉਹ ਬਗਦਾਦ ਦੀ ਧਰਤੀ ਆ ਔਰ ਚੇਤੇ ਰੱਖਿਓ ਦੁਨੀਆ ਦਾ ਕੋਈ ਕੋਨਾ ਵਾ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਨੇ ਚਰਨ ਪਾਏ ਆ ਜਦੋਂ ਕਿਸੇ ਨੂੰ ਤਾਰਿਆ ਜਦੋਂ ਕਿਸੇ ਨੂੰ ਮੁਕਤ ਕੀਤਾ ਜਦੋਂ ਕਿਸੇ ਦੀ ਜਨਮਾ ਜਨਮਾਂ ਤਰਾਂ ਦੀ ਟੁੱਟੀ ਸੁਰਤ ਰੱਬ ਨਾਲ ਜੁੜੀ ਆ ਤੇ ਕੀ ਕੀਤਾ ਮਰਦਾਨਿਆਂ ਰਬਾਬ ਛੇੜ ਰਬਾਬ ਛੇੜ ਇਹਨੂੰ ਬਾਣੀ ਸੁਣਾਈਏ ਬਾਣੀ ਤੇ ਅੱਜ ਵੀ ਹੋਈ ਆ ਸ਼ਬਦ ਤੇ ਅੱਜ ਵੀ ਹੋਈ ਆ ਤੇਰੀ ਮੈਲ ਕਿਉਂ ਨਹੀਂ ਮੁੱਕੀ ਅਜੇ ਮਾਫ ਕਰਿਓ ਇਹ ਸਚਾਈ ਜੇ ਸੱਜਣ ਵਰਗੇ ਜਿਹੜੇ ਉਦੋਂ ਠੱਗੀਆਂ ਮਾਰਦੇ ਸੀ ਖਿਮਾ ਕਰਿਓ ਇੱਕ ਗੱਲ ਤੁਹਾਡੇ ਕੋਲ ਮਾਫੀ ਮੰਗ ਕੇ ਕਹਿਣ ਲੱਗਾ ਸੱਜਣ ਵਰਗੇ ਠੱਗ ਜਿਹੜੇ ਸੀ ਉਦੋਂ ਉਹ ਸਾਡੇ ਨਾਲੋਂ ਚੰਗਾ ਸੀ ਉਹ ਸੱਜਣ ਜਿਹੜਾ ਸੀ ਉਹ ਸਾਡੇ ਨਾਲੋਂ ਚੰਗਾ ਸੀਗਾ ਤੁਸੀਂ ਹੈਰਾਨ ਹੋਵੋਗੇ ਐਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਐਨੇ ਲੋਕਾਂ ਨੂੰ ਉਹਨੇ ਕਤਲ ਕੀਤਾ ਕਤਲ ਕਰ ਦਿੰਦਾ ਸੀ ਬੰਦਿਆਂ ਨੂੰ ਖੂਚ ਸੁੱਟ ਦਿੰਦਾ ਸੀ ਕਤਲ ਕਰਕੇ ਸਭ ਕੁਝ ਲੁੱਟ ਲੈਂਦਾ ਸੀ ਤੇ ਸਾਡੇ ਨਾਲ ਉਹ ਚੰਗਾ ਕਿਵੇਂ ਹੋ ਗਿਆ ਜੀ ਸੱਜਣ ਦਾਸ ਬੇਨਤੀ ਕਰਿਆ ਵੀ ਉਹ ਸੱਜਣ ਜਿਹੜਾ ਪਹਿਲਾਂ ਠੱਗ ਸੀ ਅੱਜ ਭਾਈ ਸੱਜਣ ਸਾਡੇ ਨਾਲੋਂ ਚੰਗਾ ਵਾ ਕਿਉਂ ਪਤਾ ਕਿਉਂ ਉਹਨੇ ਇੱਕ ਸ਼ਬਦ ਸੁਣਿਆ ਗੁਰੂ ਨਾਨਕ ਦਾ ਇੱਕ ਸ਼ਬਦ ਆ ਇਹ ਸਚਾਈ ਜੀ ਦਾਸ ਨੂੰ ਮੈਨੂੰ ਤਕਰੀਬਨ 35 ਸਾਲ ਹੋ ਗਏ ਕਥਾ ਕਰਦਿਆਂ ਮੈਂ ਕਿਸੇ ਇਤਿਹਾਸ ਦੇ ਪੰਨੇ ਤੇ ਨਹੀਂ ਪੜਿਆ ਆਪចੋਂ ਕਿਸੇ ਨੇ ਪੜਿਆ ਹੋਵੇ ਤੇ ਮੈਨੂੰ ਦੱਸ ਦਿਓ ਮੈਂ ਕਿਤੇ ਨਹੀਂ ਪੜਿਆ ਕਿ ਇੱਕ ਸ਼ਬਦ ਸੱਜਣ ਨੂੰ ਸੁਣਾਉਣ ਤੋਂ ਬਾਅਦ ਗੁਰੂ ਨਾਨਕ ਦੇਵ ਸਾਹਿਬ ਨੇ ਭਾਈ ਮਰਦਾਨੇ ਨੂੰ ਆਖਿਆ ਹੋਵੇ ਮਰਦਾਨਿਆਂ ਇੱਕ ਸ਼ਬਦ ਨਾਲ ਗੱਲ ਨਹੀਂ ਬਣੀ ਇਹਨੂੰ ਇੱਕ ਹੋਰ ਸੁਣਾਉਣਾ ਪੈਣਾ ਹੈ ਇੱਕ ਸ਼ਬਦ ਨਾਲ ਇਹ ਸੁਧਰਿਆ ਨਹੀਂਗਾ ਇਹਨੂੰ ਦੂਜਾ ਹੋਰ ਸੁਣਾਉਣਾ ਪੈਣਾ ਸ਼ਬਦ ਲਿਖਿਆ ਕਿਤੇ ਇਤਿਹਾਸ ਚ ਪੜਿਆ ਜੇ ਕਦੀ ਇੱਕ ਸ਼ਬਦ ਆਹ ਆਪਾਂ ਅਸੀਂ ਕਿੰਨੇ ਆ ਸ਼ਬਦਾਂ ਦੀ ਕਥਾ ਕਰ ਲਈ ਹੁਣ ਤੱਕ ਕਿੰਨੇ ਆ ਸ਼ਬਦਾਂ ਦੀ ਕਥਾ ਸੁਣ ਲਈ ਮੈਂ ਵੀ ਆਪਣੇ ਤੇ ਵੀ ਤਾਂ ਮੈਂ ਨਾਲ ਆ ਤੁਹਾਡੇ ਕਿੰਨੇ ਆ ਸ਼ਬਦਾਂ ਦੀ ਕਥਾ ਕਰ ਲਈ ਹੁਣ ਤੱਕ ਕਿੰਨੇ ਆ ਸ਼ਬਦਾਂ ਦੀ ਕਥਾ ਸੁਣ ਲਈ ਕਿੰਨੇ ਸ਼ਬਦਾਂ ਦਾ ਕੀਰਤਨ ਕਰ ਲਿਆ ਕਿੰਨੇ ਆ ਸ਼ਬਦਾਂ ਦਾ ਕੀਰਤਨ ਸੁਣ ਲਿਆ ਆਸਾ ਕੀ ਵਾਰ ਦਾ ਕੀਰਤਨ ਕਿੰਨੀ ਵਾਰੀ ਕੀਤਾ ਕਿੰਨੀ ਵਾਰੀ ਸੁਣਿਆ ਕਿੰਨੇ ਅਖੰਡ ਪਾਠ ਸਾਹਿਬ ਕਿੰਨੇ ਸਹਿਜ ਪਾਠ ਕਰ ਲਿਆ ਬਣ ਗਿਆ ਉਹਦਾ ਦਾ ਸੁਰਤ ਜੁੜ ਗਈ ਪ੍ਰੀਤਮ ਦੇ ਚਰਨਾਂ ਨਾਲ ਨਹੀਂ ਨਾ ਜੁੜੀ ਸਾਡੇ ਨਾਲੋਂ ਚੰਗਾ ਕੌਣ ਹੋਇਆ ਫਿਰ ਆਖੋ ਸਤਨਾਮ ਸ਼੍ਰੀ ਗੁਰੂ ਨਾਨਕ ਨੇ ਆਖਿਆ ਸੀ ਸੱਜਣਾ ਇੱਕ ਕੰਮ ਕਰ ਠੋਕਰ ਵੱਜ ਗਈ ਠੋਕਰ ਕਹਿੰਦੇ ਸੱਜਣਾ ਇੱਕ ਕੰਮ ਕਰ ਕਹਿੰਦਾ ਮਹਾਰਾਜ ਕੀ ਕਹਿੰਦੇ ਤੇਰਾ ਨਾਮ ਆ ਬੜਾ ਵਧੀਆ ਆ ਜਿਹੜਾ ਸਾਲ ਹੈ ਨਾ 2019 ਇਹਦੇ ਚ 550 ਸਾਲਾ ਗੁਰੂ ਨਾਨਕ ਦੇਵ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਹੋਣ ਵਾਲੇ ਦਿਨਾਂ ਚ ਤੇ ਸ਼ਬਦ ਦੀ ਗੱਲ ਗੁਰੂ ਨਾਨਕ ਤੋਂ ਹੀ ਸ਼ੁਰੂ ਹੋਈ ਹੈ ਜਦੋਂ ਸ਼ਬਦ ਦੀ ਗੱਲ ਕਰੋਗੇ ਜਦੋਂ ਬਾਣੀ ਦੀ ਗੱਲ ਕਰੋਗੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਤ ਪਾਓਗੇ ਸਭ ਤੋਂ ਪਹਿਲਾਂ ਬਾਬੇ ਨਾਨਕ ਦੀ ਬਾਤ ਪਾਓਗੇ ਕਹਿੰਦੇ ਸੱਜਣਾ ਤੇਰਾ ਨਾਮ ਬੜਾ ਵਧੀਆ ਹੈ ਤੇਰਾ ਨਾਮ ਬੜਾ ਸੁਣ ਤੇਰਾ ਨਾਮ ਆ ਸੱਜਣ ਸੱਜਣ ਦਾ ਅਰਥ ਹੁੰਦਾ ਮਿੱਤਰ ਸੱਜਣ ਦਾ ਨਾਮ ਅਰਥ ਹੁੰਦਾ ਦੋਸਤ ਸੱਜਣ ਦਾ ਅਰਥ ਵਾ ਜਿਹੜਾ ਦੁੱਖ ਵੇਲੇ ਸਾਥ ਦੇਵੇ ਸੱਜਣ ਦਾ ਅਰਥ ਹੈ ਜਿਹੜਾ ਬਿਪਤਾ ਵੇਲੇ ਤੇਰੇ ਨਾਲ ਖਲੋਵੇ ਸੱਜਣ ਦਾ ਅਰਥ ਹੈ ਜਿਹੜਾ ਮੁਸ਼ਕਲ ਦੇ ਵਿੱਚੋਂ ਕੱਢੇ ਉਹਨੂੰ ਕਹਿੰਦੇ ਸੱਜਣ ਕਹਿੰਦੇ ਨਾਮ ਤੇਰਾ ਸੱਜਣ ਤੇ ਬਣਿਆ ਲੋਕਾਂ ਦਾ ਦੁਸ਼ਮਣ ਨਾਮ ਤੇਰਾ ਸੱਜਣ ਦੋਸਤ ਬਣਿਆ ਲੋਕਾਂ ਦਾ ਵੈਰੀ ਕਹਿੰਦਾ ਬਾਬਾ ਫੇਰ ਕੀ ਕਰੀਏ ਸੱਜਣ ਕਹਿੰਦਾ ਮਹਾਰਾਜ ਕੀ ਕਰਾਂ ਕਹਿੰਦੇ ਇੱਕ ਕੰਮ ਕਰ ਕਹਿੰਦਾ ਮਹਾਰਾਜ ਕਿਹੜਾ ਸਤਗੁਰੂ ਕਹਿੰਦੇ ਜਾਂ ਆਪਣਾ ਨਾਮ ਬਦੱਲਾ ਜਾਂ ਆਪਣੀਆਂ ਕਰਤੂਤਾਂ ਬਦੱਲਾ ਇੱਕ ਕੰਮ ਤੇ ਕਰੇ ਇੱਕ ਪਾਸੇ ਤੇ ਲੱਗ ਜਾਂ ਆਪਣਾ ਨਾਮ ਬਦੱਲਾ ਜਾਂ ਆਪਣੀਆਂ ਕਰਤੂਤਾਂ ਬਦੱਲਾ ਤੇ ਪਤਾ ਕੀ ਕਹਿੰਦਾ ਸਤਗੁਰੂ ਨੂੰ ਕਹਿੰਦਾ ਮਹਾਰਾਜ ਬੇਨਤੀ ਹੈ ਇਹੋ ਵੀ ਨਾਂ ਨਹੀਂ ਗਾ ਬਦਲਣਾ ਨਾਂ ਨਹੀਂ ਆਪਾਂ ਬਦਲਣਾ ਨਾਮ ਆਪਾਂ ਸੱਜਣ ਹੀ ਰਹਿਣ ਦੇਣਾ ਤੇ ਮਹਾਰਾਜ ਹਾਸ ਕੇ ਕਹਿੰਦੇ ਕਰਤੂਤਾਂ ਦਾ ਕੀ ਕਰੀਏ ਕਰਤੂਤਾਂ ਦਾ ਮਤਲਬ ਜਿਹੜੇ ਕੰਮ ਕਰਦਾ ਤੂੰ ਪ੍ਰੈਕਟੀਕਲ ਜੀਵਨ ਹੈ ਜਿਹੜਾ ਤੇਰਾ ਤੇਰੀਆਂ ਕਰਤੂਤਾਂ ਦਾ ਕੀ ਕਰੀਏ ਫਿਰ ਜੇ ਨਾਮ ਸੱਜਣ ਹੀ ਰੱਖਣਾ ਹੀ ਤੇ ਚਰਨਾ ਤੇ ਸਿਰ ਰੱਖ ਕੇ ਕਹਿੰਦਾ ਸੀ ਬਾਬਾ ਨਾਮ ਸੱਜਣ ਹੀ ਰੱਖਣਾ ਵਾ ਤੇ ਕਰਤੂਤਾਂ ਤੂੰ ਬਦਲ ਦੇ ਕਰਤੂਤਾਂ ਬਦਲ ਦੇ ਆ ਬਾਣੀ ਬਦਲ ਦੀ ਜੇ ਗੁਰੂ ਗ੍ਰੰਥ ਸਾਹਿਬ ਦਾ ਦਿਹਾੜਾ ਮਨਾ ਰਹੇ ਜੇ ਨਾ ਤਾਂ ਮੈਂ ਇਹ ਬੇਨਤੀ ਕਰਨ ਲੱਗਾ ਕੋਈ ਗੁਰੂ ਨਾਨਕ ਦੇਵ ਸਾਹਿਬ ਦਾ ਜਾਂ ਸੱਜਣ ਦੇ ਇਤਿਹਾਸ ਸੁਣਾਉਣ ਦਾ ਮੇਰਾ ਮਕਸਦ ਨਹੀਂਗਾ ਬਾਣੀ ਕੀ ਕਰਦੀ ਆ ਬਾਣੀ ਚ ਕਿੰਨੀ ਤਾਕਤ ਵਾ ਸ਼ਬਦ ਵਿੱਚ ਕਿੰਨੀ ਸ਼ਕਤੀ ਆ ਗੁਰੂ ਗਰੰਥ ਸਾਹਿਬ ਦੀ ਪਾਵਨ ਬਾਣੀ ਖਸਮ ਦੀ ਬਾਣੀ ਧੁਰ ਕੀ ਬਾਣੀ ਮਿੱਠੀ ਬਾਣੀ ਸੱਚੀ ਬਾਣੀ ਕਿੰਨੀ ਤਾਕਤ ਵਾ ਇਹਦੇ ਚ ਧੰਨ ਗੁਰੂ ਨਾਨਕ ਦੇਵ ਸਾਹਿਬ ਨੂੰ ਸੱਜਣ ਕਹਿੰਦਾ ਬਾਬਾ ਨਾਮ ਸੱਜਣ ਹੀ ਰਹਿਣ ਦੇ ਕਰਤੂਤਾ ਮੇਰੇ ਕੋਲੋਂ ਨਿਓ ਬਦਲੀਆਂ ਜਾਣੀਆਂ ਰਾਤੀ ਆਪਾਂ ਇੱਕ ਗੱਲ ਕੀਤੀ ਸੀ ਨਾ ਨਾਮ ਜਪਣ ਦੀ ਤੈਨੂੰ ਆਦਤ ਪੈ ਜਾਏ ਆਦਤ ਆਦਤ ਤੋਂ ਕੀ ਬਣ ਜਾਣੀ ਫੇਰ ਸੁਣਿਆ ਸੀ ਰਾਤੀ ਆਦਤ ਤੋਂ ਇਬਾਦਤ ਇਬਾਦਤ ਤੋਂ ਸ਼ਹਾਦਤ ਸ਼ਹਾਦਤ ਤੱਕ ਚਲ ਜਾਣਾ ਤੁਸੀਂ ਤੈਨੂੰ ਨਾਮ ਜਪਣ ਦੀ ਬਾਣੀ ਪੜਨ ਦੀ ਸਿਮਰਨ ਕਰਨ ਦੀ ਗੁਰੂ ਦੇ ਨੇੜੇ ਹੋਣ ਦੀ ਰੋਜ਼ ਐਵਰੀ ਡੇ ਡੇਲੀ ਤੈਨੂੰ ਆਦਤ ਪੈ ਜਾਏ ਜਿਸ ਦਿਨ ਆਦਤ ਪੈ ਜਾਊਗੀ ਤੇਰੀ ਵੀ ਮੈਂ ਉੱਠਣਾ ਵਾਂ ਸਵੇਰੇ ਮੈਂ ਪਾਠ ਕਰਨਾ ਵਾਂ ਸਵੇਰੇ ਮੈਂ ਸਿਮਰਨ ਕਰਨਾ ਵਾਂ ਇਸ਼ਨਾਨ ਕਰਕੇ ਮੈਂ 2 10 ਮਿੰਟ 15 ਮਿੰਟ 20 ਮਿੰਟ ਮੈਂ ਚੌਂਕੜਾ ਮਾਰ ਕੇ ਬਹਿਣਾ ਵਾਂ ਤੇਰੀ ਆਦਤ ਬਣ ਜਾਏ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੱਲ ਕਰ ਰਿਹਾ ਜੇ ਤੇਰੀ ਆਦਤ ਇੱਕ ਦਿਨ ਰੱਬ ਦੀ ਇਬਾਦਤ ਬਣ ਜੂਗੀ ਤੇ ਜਿਹੜੇ ਇਬਾਦਤ ਵਿੱਚ ਜੁੜਨ ਵਾਲੇ ਆ ਉਹੋ ਹੀ ਧਰਮ ਵਾਸਤੇ ਸ਼ਹਾਦਤਾਂ ਦੇ ਜਾਮ ਪੀਂਦੇ ਆ ਉਹੋ ਹੀ ਸੱਚ ਵਾਸਤੇ ਸਿਰ ਦਿੰਦੇ ਆ ਉਹੋ ਹੀ ਧਰਮ ਵਾਸਤੇ ਕੁਰਬਾਨ ਹੁੰਦੇ ਆ ਉਹੋ ਹੀ ਤੱਤੀਆਂ ਤਵੀਆਂ ਤੇ ਬੰਦੇ ਆ ਤੇ ਉਹੋ ਹੀ ਆਰੇ ਨਾਲ ਆਪਣੇ ਆਪ ਨੂੰ ਚਰਾਉਂਦੇ ਆ ਤੇ ਉਹੋ ਹੀ ਲੋਕ ਆ ਸਜਣਾ ਚੇਤੇ ਰੱਖੀ ਜਿਹੜੇ ਚਰਖੜੀਆਂ ਤੇ ਚੜ ਜਾਂਦੇ ਆ ਤੇ ਖੋਪੜੀਆਂ ਲਵਾ ਜਾਂਦੇ ਆ ਉਹੋ ਹੀ ਲੋਕ ਐ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਾਸਤੇ ਭਾਵੇਂ ਬੀਤੇ ਸਮੇਂ ਦੀਆਂ ਬਾਤਾਂ ਹੋਣ ਤੇ ਭਾਵੇਂ 1984 ਦੀ ਗੱਲ ਹੋਵੇ ਉਹੋ ਹੀ ਲੋਕ ਐ ਜਿਹੜੇ ਆਦਤ ਇਬਾਦਤ ਤੇ ਉਹੋ ਹੀ ਲੋਕ ਐ ਜਿਹੜੇ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਾਸਤੇ ਸ਼ਹਾਦਤ ਦਾ ਜਾਮ ਪੀ ਜਾਂਦੇ ਆ ਉਹ ਲੋਕ ਨੇ ਉਹਨੇ ਲੋਕ ਜਿਹੜੇ ਆਦਤ ਤੋਂ ਇਬਾਦਤ ਤੇ ਇਬਾਦਤ ਤੋਂ ਸ਼ਹਾਦਤ ਤੱਕ ਚੱਲ ਗਏ ਚੇਤੇ ਰੱਖਿਓ ਜੀ ਸਾਧ ਸੰਗਤ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸੱਜਣਾ ਜੇ ਨਾਮ ਸੱਜਣ ਰੱਖਣਾ ਹੀ ਤੇ ਕਰਤੂਤਾਂ ਦਾ ਕੀ ਕਰੀਏ ਤੇਰੀਆਂ ਦਾ ਕਹਿੰਦਾ ਸਤਿਗੁਰੂ ਪਾਤਸ਼ਾਹ ਨਾਮ ਸੱਜਣ ਰਹਿਣ ਦੇ ਤੇ ਕਰਤੂਤਾਂ ਤੂੰ ਬਦਲ ਦੇ ਕਿਉਂਕਿ ਚੋਰੀਆਂ ਕਰਨੀਆਂ ਡਾਕੇ ਮਾਰਨੇ ਤੇ ਕਤਲ ਕਰਨਾ ਤੇ ਲੋਕਾਂ ਨਾਲ ਠਗੀਆਂ ਮਾਰਨੀਆਂ ਮੇਰੀ ਕੀ ਬਣ ਗਈ ਆ ਆਦਿਤ ਆਕੋ ਜਤਨਾਮੁ ਸ਼੍ਰੀ ਆਗੀ ਨਾ ਗੱਲ ਆਦਤ ਬਣ ਗਈ ਇਹਦਾ ਮਤਲਬ ਆਦਤ ਹੁਣ ਬਦਲਨੀ ਨਹੀਂ ਨੀਗੀ ਮਾੜੀ ਆਦਤ ਜਦੋਂ ਸ਼ੁਰੂ-ਸ਼ੁਰੂ ਚ ਪੈਣ ਲੱਗੇ ਨਾ ਨਿਕਾਜਾ ਬੂਟਾ ਪਲਾਂਟ ਆ ਨਿਕਾਜਾ ਉਗਿਆ ਪੁੱਟ ਦੋ ਮਾੜੀ ਆਦਤ ਜਦੋਂ ਵੀ ਪੈਣ ਲੱਗੇ ਛੋਟਾ ਜਿਹਾ ਬੂਟਾ ਨਿਕਾਜਾ ਪਲਾਂਟ ਵੀ ਕਹਿੰਦੇ ਹੋ ਇੰਗਲਿਸ਼ ਚ ਉਹਨੂੰ ਉਹਨੂੰ ਪੁੱਟ ਦੋ ਪਾਸੇ ਛੱਡ ਦਿਓ ਉਹਨੂੰ ਪਰ ਜਿੱਦਣ ਬਣ ਗਿਆ ਦਰਖਤ ਜਿਸ ਦਿਨ ਵੱਡਾ ਰੁੱਖ ਬਣ ਗਿਆ ਬੋੜ ਪੇਪਲ ਬਣ ਗਿਆ ਹਾਥੀ ਵੀ ਜੋਰ ਲਾਉਂਦੇ ਰਹਿਣ ਤਾਂ ਵੀ ਨਹੀਂ ਪੁੱਟਿਆ ਜਾਂਦਾ ਉਹ ਕਹਿੰਦਾ ਸਤਗੁਰਾ ਇਹ ਤੇ ਬੋੜ ਬਣ ਗਿਆ ਇਹ ਜਿਹੜੇ ਠਗੀਆਂ ਮਾਰਨੀਆਂ ਨਾ ਚੋਰੀਆਂ ਕਰਨੀਆਂ ਇਹ ਤੇ ਬੋੜ ਪੇਪਲ ਦਾ ਰੁੱਖ ਬਣ ਗਿਆਈ ਇਹ ਤੇ ਆਦਤ ਪੈ ਗਈ ਮੈਨੂੰ ਤੇ ਕਈ ਸਾਲ ਹੋ ਗਏ ਇਹ ਕੰਮ ਕਰਦੇ ਆ ਇੱਕਦਮ ਕਿੱਥੇ ਆਦਤ ਬਦਲ ਜੂਗੀ ਗੁਰੂ ਨਾਨਕ ਕਹਿੰਦੇ ਇੱਕ ਤਰੀਕਾ ਹੈਗਾਈ ਉਹ 50 ਸਾਲਾਂ ਦੀ ਵੀ ਤੈਨੂੰ ਕੋਈ ਆਦਤ ਪਈ ਆ ਪੰਜਾਂ ਮਿੰਟਾਂ ਛੱਡ ਜੂਗੀ ਪੰਜਾਂ ਮਿੰਟਾਂ ਚ ਭਾਵੇਂ ਉਸ ਵਾਲੇ ਮਿੰਟਾਂ ਸਕਿੰਟਾਂ ਦੀ ਗੱਲ ਨਹੀਂ ਸੀ ਘੜੀ ਪਾਲੀ ਆ ਮਹਾਰਾਜ ਕਹਿੰਦੇ ਘੜੀ ਪਲ ਚ ਹਟਾ ਦਿੰਨੇ ਆ ਜੁੜ ਕੇ ਬਹਿ ਜਾ ਚੌਂਕੜਾ ਲਾ ਕੇ ਪਤਾ ਕਿਉਂ ਬਖਸ਼ੇ ਗਏ ਜੀ ਉਹ ਲੋਕ ਕਿਉਂ ਤਰ ਗਏ ਇੱਕ ਸ਼ਬਦ ਨਾਲ ਹੀ ਉਹਨਾਂ ਲੋਕਾਂ ਦਾ ਉਧਾਰ ਪਤਾ ਕਿਉਂ ਹੋ ਗਿਆ ਆ ਧਿਆਨ ਨਾਲ ਸੁਣਿਓ ਜੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਮੈਂ ਵੀ ਤੁਹਾਡੇ ਨਾਲ ਆ ਉਹ ਲੋਕ ਇਸ ਕਰਕੇ ਤਰ ਗਏ ਉਹ ਲੋਕ ਇੱਕ ਸ਼ਬਦ ਦੁਆਰਾ ਇਸ ਕਰਕੇ ਸੁਧਰ ਗਏ ਉਹਨਾਂ ਲੋਕਾਂ ਦੀ ਸੁਰਤ ਇੱਕ ਸ਼ਬਦ ਦੁਆਰਾ ਹੀ ਰੱਬ ਦੇ ਚਰਨਾਂ ਤੱਕ ਪਹੁੰਚ ਗਈ ਸੁਰਤ ਬਿਰਤੀ ਪ੍ਰਭੂ ਚਰਨਾਂ 'ਚ ਉਹਨਾਂ ਦੀ ਕਿਉਂ ਲੀਨ ਹੋ ਗਈ ਕਾਰਨ ਪਤਾ ਕੀਜੇ ਉਹ ਗੁਰੂ ਨਾਨਕ ਦੇ ਸਾਹਮਣੇ ਬਹਿ ਕੇ ਉਹ ਲੋਕ ਮੰਨ ਗਏ ਪ੍ਰਵਾਨ ਕਰ ਲਿਆ ਉਹਨਾਂ ਨੇ ਕਿ ਮੈਂ ਪਾਪੀ ਆ ਮੈਂ ਪਾਪੀ ਆ ਉਹ ਮੰਨ ਗਿਆ ਸੱਜਣ ਮੰਨ ਗਿਆ ਵਾ ਕਿ ਮੈਂ ਠੱਗ ਵਾਂ ਮੇਰੀਆਂ ਕਰਤੂਤਾ ਮਾੜੀਆਂ ਭੂਮੀਆਂ ਮੰਨ ਗਿਆ ਵਾ ਗੁਰਨਾਨਕ ਦੇ ਕੋਲ ਮੈਂ ਪਾਪੀ ਆ ਵਲੀ ਕੰਧਾਰੀ ਵਰਗੇ ਮੰਨ ਗਿਆ ਵੀ ਮੈਂ ਹੰਕਾਰੀ ਆ ਮੈਨੂੰ ਬਖਸ਼ ਲਾ ਆਪਾਂ ਪਾਪ ਵੀ ਕਰੀਏ ਗੁਨਾਹ ਵੀ ਕਰੀਏ ਝੂਠ ਵੀ ਬੋਲੀਏ ਔਗਣ ਵੀ ਕਰੀਏ ਤੇ ਮੰਨਈਏ ਵੀ ਨਾ ਮੰਨਦੇ ਜੀ ਮੈਂ ਪਾਪੀ ਕਿੰਨੀ ਵਾਰੀ ਇੱਥੇ ਆਣ ਕੇ ਅਰਦਾਸ ਕਰਾਈ ਜੇ ਕਦੀ ਕਦੀ ਅਰਦਾਸ ਕੀਤੀ ਹੋਵੇ ਕਦੀ ਅਰਦਾਸ ਕਰਾਈ ਹੋਵੇ ਆਣ ਕੇ ਪਤਾ ਕਿਹੜੀ ਆਹ ਦੇਖੋ ਬਾਣੀ ਜਿਨ੍ਹਾਂ ਦਾ ਦਿਹਾੜਾ ਮਨਾ ਰਹੇ ਬਾਣੀ ਚੋਂ ਮੈਂ ਦਲੀਲਾਂ ਦੇਣੀਆਂ ਤੁਹਾਨੂੰ ਗੁਰੂ ਕੀ ਸੰਗਤ ਸਾਥ ਸੰਗਤ ਸੁਣਿਓ ਕਦੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਆਣ ਕੇ ਹੱਥ ਬੰਨ ਕੇ ਕਦੇ ਪੱਲਾ ਅੱਡ ਕੇ ਇਦਾਂ ਝੋਲੀ ਅੱਡ ਕੇ ਅਰਦਾਸ ਕੀਤੀ ਹੋਵੇ ਕਰਾਈ ਹੋਵੇ ਕਦੇ ਮੱਥਾ ਰੱਖ ਕੇ ਧਰਤੀ ਦੇ ਉੱਤੇ ਨੱਕ ਨਾਂ ਨਕੀਰਾ ਕੱਢ ਕੇ ਕਦੀ ਆਖਿਆ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਕੀ ਕਹੋ ਨਾਨਕ ਹਮ ਲੂਣ ਹਰਾਮੀ ਹਮ ਮੈਂ ਅਸੀਂ ਤੇਰਾ ਦਿੱਤਾ ਖਾ ਲੈਨੇ ਆ ਤੇਰਾ ਦਿੱਤਾ ਪਹਿਨ ਲੈਨੇ ਆ ਤੇਰੇ ਦਿੱਤੇ ਸੁਖ ਭੋਗ ਲੈਨੇ ਆ ਤੇਰਾ ਸ਼ੁਕਰਾਨਾ ਨਹੀਂ ਕਰਦੇ ਮੈਂ ਨਮਕ ਹਰਾਮੀ ਤੇਰੇ ਦਰ ਤੇ ਆ ਗਿਆ ਮੈਨੂੰ ਬਖਸ਼ ਲਾ ਆਖੇ ਕਦੀ ਨਹੀਂ ਆਖਿਆ आखो सतनाम श्री आख्या कभी मैं लून हरामी आ गया तेरे कोहो नानक हम लून हरामी बख्श हो प्रभ अंतर जामी लून हरामी गुनागार बेगाना अल्प मत ਜੀਓ ਪਿੰਡ ਜਿੰਨ ਸੁਖ ਦिए ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨੇ ਦੈਂਦੇ ਸਟੁੰਡਣ ਜਏ ਨਾਮ ਜਪਣ ਵਾਸਤੇ ਸਿਮਰਨ ਕਰਨ ਵਾਸਤੇ ਤੇ ਪੁੱਛਦਾ ਥਾਂ ਥਾਂ ਜਗਾ ਜਗਾ ਤੇ ਪੁੱਛਦਾ ਫਿਰਦਾ ਭਾਈ ਸਾਹਿਬ ਜੀ ਗਿਆਨੀ ਜੀ ਬਾਬਾ ਜੀ ਮਨ ਨਹੀਂ ਟਿਕਦਾ ਨਾਮ ਜਪਦੇ ਬਾਣੀ ਪੜਦੇ ਮਨ ਨਹੀਂ ਟਿਕਦਾ ਕੋਈ ਤਰੀਕਾ ਦੱਸੋ ਪੁੱਛਦੇ 100 100 ਦੇ ਨੋਟਾਂ ਦੀ ਦੱਥੀ ਤੇਰੇ ਹੱਥ ਫੜਾ ਦੀਏ 100 100 ਦੇ ਨੋਟ ਹੋਣ 100 ਦਾ ਨੋਟ ਹੋਵੇ ਇੱਕ 1 ਇੱਕ ਡਾਲਰ ਦਾ 100 ਦਾ ਨੋਟ ਤੇ 100 ਨੋਟ ਹੋਣ 10000 ਹੋ ਜਾਣਾ ਨਾ 10000 ਹੋ ਗਿਆ ਦੁਕਾਨ ਤੇ ਬੈਠਾ ਦਫਤਰ ਚ ਬੈਠਾ ਇੱਕ ਅੰਗੂਠਾ ਤੇ ਨਾਲ ਵਾਲੀ ਉਂਗਲ ਚੱਲੀ ਜਾਂਦੀ ਆ ਦੁਕਾਨ ਤੇ ਆਏ ਗਾਕਾਂ ਨੂੰ ਵੀ ਹੰਧਾਰਾ ਦੇਈ ਜਾਂਦਾ ਜਿਹੜਾ ਦੁਕਾਨ ਤੇ ਕਸਟਮਰ ਆ ਰਿਆ ਨਾ ਉਹਨੂੰ ਵੀ ਹੰਗਾਰਾ ਦੇ ਰਿਆ ਆਏ ਗਏ ਨੂੰ ਵੀ ਵੇਖ ਰਿਆ ਆ ਤੱਕ ਰਿਆ ਕੌਣ ਆਇਆ ਕੌਣ ਗਿਆ ਉਹਨੂੰ ਆਖਿਆ ਵੀ ਇਹ 10000 ਰਿਆ ਆ ਦੱਥੀਆ 100 ਨੋਟ ਆ ਗਿਣ ਲਾ ਐਦਾਂ ਗਿਣੀ ਜਾਂਦਾ ਵੇਖ ਰਿਓ ਐਦਾਂ ਹੱਥਾਂ ਨਾਲ ਗਿਣੀ ਜਾਂਦਾ ਦੁਕਾਨ ਤੇ ਵੇਖੀ ਵੀ ਜਾਂਦਾ ਕੌਣ ਆਇਆ ਕੌਣ ਗਿਆ ਨੌਕਰ ਚੱਕਰ ਨਾਲ ਐ ਗਿਣੀ ਜਾਂਦਾ ਮੂੰਹ ਚ ਤੇ ਸਾਰੇ ਗਿਣ ਕੇ ਪਾਸੇ ਰੱਖ ਕੇ ਗੱਲੇ ਚ ਕਾਊਂਟਰ ਚ ਰੱਖ ਕੇ ਕਹਿੰਦਾ ਜੀ ਪੂਰੇ ਆ ਆਏ ਗਏ ਨੂੰ ਵੀ ਵੇਖ ਰਿਆਂ ਆਲੇ ਦੁਆਲੇ ਤੱਕ ਵੀ ਰਿਆਂ ਤੇ ਨੋਟ ਵੀ ਗਿਣਦਾ ਪਿਆ ਕਿੰਨੀ ਬਿਰਤੀ ਟਿਕੀ ਹੋਊਗੀ ਤੇਰੀ ਉਦੋਂ ਟਿਕੇ ਹੋਗੀ ਨਾ ਬਿਰਤੀ ਜੇ ਬਿਰਤੀ ਉਧਰ ਨੋਟ ਗਿਣਨ ਵਾਲੇ ਪਾਸੇ ਟਿਕ ਸਕਦੀ ਆ ਜਪਜੀ ਸਾਹਿਬ ਪੜਨ ਵੇਲੇ ਕਿਉਂ ਨਹੀਂ ਟਿਕਦੀ ਜਾਪ ਸਾਹਿਬ ਪੜਨ ਵੇਲੇ ਕਿਉਂ ਨਹੀਂ ਟਿਕਦੀ ਤਾਂ ਪ੍ਰਸਾਦ ਸਵਈਏ ਪੜਨ ਵੇਲੇ ਕਿਉਂ ਨਹੀਂ ਟਿਕਦੀ ਚੌਪਈ ਸਾਹਿਬ ਆਨੰਦ ਸਾਹਿਬ ਪੜਨ ਵੇਲੇ ਕਿਉਂ ਨਹੀਂ ਟਿਕਦੀ ਸੁਖਮਣੀ ਸਾਹਿਬ ਆਸਾ ਕੀ ਵਾਰ ਵੇਲੇ ਕਿਉਂ ਨਹੀਂ ਬਿਰਤੀ ਟਿਕਦੀ ਰਹਿਰਾਜ ਸਾਹਿਬ ਸੋਹਿਲਾ ਸਾਹਿਬ ਦੀ ਬਾਣੀ ਪੜਨ ਵੇਲੇ ਬਿਰਤੀ ਕਿਉਂ ਨਹੀਂ ਟਿਕਦੀ ਮੈਂ ਇੱਕ ਵਾਰੀ ਕਥਾ ਕਰਾਂ ਮਾਫ ਕਰਿਓ ਇਹਨਾਂ ਆਖਿਓ ਆਪਣੀਆਂ ਗੱਲਾਂ ਕਰਦਾ ਉੱਥੇ ਸੁਰਤ ਰੱਖਣੀ ਸੱਜਣ ਨੂੰ ਸ਼ਬਦ ਸੁਣਾਉਣਾ ਬਾਬੇ ਨਾਨਕ ਨੇ ਆਖੋ ਸਤਨਾਮ ਸ਼੍ਰੀ ਬਿਰਤੀ ਟਿਕ ਕੇ ਬਹਿ ਗਿਆ ਸਾਹਮਣੇ ਕਹਿੰਦਾ ਬਾਬਾ ਆਇਆ ਆਇਆ ਤੇ ਕਰਤੂਤਾਂ ਬਦਲਦੇ ਅੰਦਰੋਂ ਕਹਿੰਦਾ ਅੰਦਰੋਂ ਕਹਿੰਦਾ ਮੈਂ ਗੁਨਾਹਗਾਰ ਮੈਂ ਪਾਪੀ ਮੈਂ ਠੱਗ ਮੈਂ ਚੋਰ ਜਲੰਧਰ ਇੱਕ ਵਾਰੀ ਮੈਂ ਕਥਾ ਕਰਾਂ ਪੰਜਾਬ ਚ ਜਦੋਂ ਮੈਂ ਕਥਾ ਤੋਂ ਉੱਠਿਆ ਤੇ ਇੱਕ ਬਜ਼ੁਰਗ ਬੰਦਾ ਗੁਰਮੁਖ ਪਿਆਰੇ ਮੈਨੂੰ ਮਿਲੇ ਕਹਿੰਦੇ ਗਿਆਨੀ ਜੀ ਇੱਕ ਗੱਲ ਕਰਨੀ ਮੈਂ ਕਿਹਾ ਦੱਸੋ ਕਹਿੰਦੇ ਵੀ ਤੁਸੀਂ ਇੰਨੀ ਕਥਾ ਕਰਦੇ ਜੇ ਮੈਂ ਟੈਲੀਵਿਜ਼ਨ ਤੇ ਵੀ ਤੁਹਾਨੂੰ ਵੇਖਦਾ ਤੇ ਇਤਿਹਾਸ ਬਾਣੀ ਅਰਥ ਆ ਆਸਾਨ ਆ ਨਾ ਆ ਟਾਈਮ ਸਾਰਾ ਕੁਝ ਤੁਸੀਂ ਦੱਸੀ ਜਾਂਦੇ ਜੇ ਕਹਿੰਦੇ ਜਿਹੜੀ ਤੁਹਾਡੀ ਯਾਦਾਸ਼ਤ ਆ ਜਿਹੜੀ ਤੁਹਾਡੀ ਮੈਮਰੀ ਆ ਕਹਿੰਦੇ ਕੋਈ ਦਵਾਈ ਦੁਵਾਈ ਖਾਂਦੇ ਜੇ ਵੀ ਸਾਨੂੰ ਤੇ ਜਪਜੀ ਸਾਹਿਬ ਨੇ ਯਾਦ ਹੁੰਦਾ ਉਹ ਕਹਿੰਦਾ ਮੈਂ ਜ਼ੋਰ ਲਾ ਲਿਆ ਵੀ ਜਪਜੀ ਸਾਹਿਬ ਹੀ ਯਾਦ ਕਰ ਲਿਆ ਹੁਣ ਤਾਂ ਹੀ ਨਹੀਂ ਯਾਦ ਵੀ ਕੋਈ ਯਾਦ ਆਸ਼ਤ ਵਾਸਤੇ ਕੋਈ ਇਹ ਮੈਮਰੀ ਤੁਹਾਡੀ ਜਿਹੜੀ ਇੰਨਾ ਕੁਝ ਤੁਸੀਂ ਸੇਵ ਕੀਤਾ ਸਟੋਰ ਕਰਕੇ ਰੱਖਿਆ ਵੀ ਕੋਈ ਦਵਾਈ ਦੁਵਾਈ ਖਾਣਾ ਯਾਰ ਤੂੰ ਦੱਸ ਮੈਨੂੰ ਐਦਾਂ ਕਵੇ ਮੈਨੂੰ ਉਹ ਮੈਂ ਕਿਹਾ ਦਾਸ ਜੀ ਨੇ ਮੈਂ ਕਿਹਾ ਜਪਜੀ ਸਾਹਿਬ ਰਹਿ ਰਾਸ ਦਾ ਪਾਠ ਕੋਈ ਨਹੀਂ ਗਾ ਯਾਦ ਹੁੰਦਾ ਕਹਿੰਦਾ ਮਸਾਂ ਕੀਰਤਨ ਸੋਲਾ ਜਿਹੜਾ ਸੋਲਾ ਸਾਹਿਬ ਦੀ ਬਾਣੀ ਜਿਸ ਨੂੰ ਆਪਾਂ ਕਹਿੰਨੇ ਕਹਿੰਦਾ ਮੈਂ ਤਕਰੀਬਨ ਉਹ ਯਾਦ ਕੀਤਾ ਜਪਜੀ ਸਾਹਿਬ ਰਹਿ ਰਾਸ ਦਾ ਪਾਠ ਕੋਈ ਯਾਦ ਨਹੀਂ ਹੋ ਰਿਹਾ ਮੈਂ ਪਿਆਰ ਨਾਲ ਬਜ਼ੁਰਗ ਸੀਗੇ ਮੈਂ ਹੱਥ ਜੋੜੇ ਮੈਂ ਕਿਹਾ ਜੀ ਇੱਕ ਬਚਨ ਪੁੱਛਾਂ ਕਹਿੰਦੇ ਪੁੱਛੋ ਮੈਂ ਕਿਹਾ ਅੱਜ ਤੋਂ 20 25 ਸਾਲ ਪਹਿਲਾਂ ਤੈਨੂੰ ਕਿਸੇ ਬੰਦੇ ਨੇ ਗਾਲਾਂ ਕੱਢੀਆਂ ਤੈਨੂੰ ਕਦੀ ਚੇਤਾ ਭੁੱਲਾ ਵੀ 25 ਸਾਲ ਪਹਿਲਾਂ ਤੈਨੂੰ ਗਾਲਾਂ ਕੱਢੀਆਂ ਹੋਣ ਕਿਸ ਨੇ ਮਾੜੇ ਬੋਲ ਬੋਲੇ ਹੋਣ ਤੇ 20 25 ਸਾਲ ਦੇ ਕੋਈ ਤੈਨੂੰ ਯਾਦਵਾ ਵੀ ਫਲਾਣੇ ਬੰਦੇ ਨੇ ਮੈਨੂੰ ਗਾਲਾਂ ਕੱਢੀਆਂ ਉਹ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਮੈਨੂੰ 40 ਸਾਲਾਂ ਦੇ ਯਾਦਵਾ ਕੇ ਐਗਾ ਛਾ ਮੈਂ ਕਿਹਾ ਜੀ ਦੂਸਰਾ ਬਚਨ ਮੈਂ ਕਿਹਾ ਕਿਸੇ ਬੰਦੇ ਨੂੰ ਤੂੰ 10 20000 ਰੁਪਈਆ ਦਿੱਤਾ ਹੋਵੇ ਤੇ ਉਹਨੇ ਵਾਪਸ ਨਾ ਮੋੜਿਆ ਹੋਵੇ ਤੇਰਾ ਯਾਦ ਆ ਕਿੰਨੇ ਕੁ ਸਾਲਾਂ ਦਾ ਯਾਦ ਹੀ ਕਹਿੰਦਾ 50 50 ਸਾਲਾਂ ਦਾ ਯਾਦ ਆ ਮੈਂ ਕਿਹਾ ਇਹਦਾ ਮਤਲਬ ਇਹ ਆ ਵੀ ਤੇਰੀ ਮੈਮਰੀ ਠੀਕ ਆ ਮੈਮਰੀ ਠੀਕ ਹੈ ਤੇਰੀ ਤੇਰੀ ਯਾਦ ਆਸ਼ਤ ਠੀਕ ਹੈ ਤੈਨੂੰ ਚੇਤਾ ਨਹੀਂ ਗਾ ਭੁੱਲਦਾ ਕਹਿੰਦੇ ਫੇਰ ਰਖੇ ਮੈਂ ਕਿਹਾ ਫਿਰ ਜਵਾਬ ਨਹੀਂ ਮਿਲਿਆ ਅਜੇ ਕਹਿੰਦੇ ਨਹੀਂ ਮੈਂ ਕਿਹਾ ਜਿਹੜੇ ਢੰਗ ਜਿਹੜੇ ਤਰੀਕੇ ਨਾਲ ਕਿਸੇ ਦੀਆਂ ਗਾਲਾਂ ਤੇ ਮੰਦੇ ਬੋਲਾਂ ਨੂੰ ਯਾਦ ਰੱਖਦਾ ਜਿਹੜੇ ਤਰੀਕੇ ਨਾਲ ਕਿਸੇ ਕੋਲ ਲਏ ਪੈਸੇ ਮਾਫ ਕਰਨਾ ਕਿਸੇ ਨੂੰ ਦਿੱਤੇ ਪੈਸੇ ਵੀ ਉਹਦੇ ਕੋਲ ਲੈਣੇ ਆ ਤੇ ਉਹ ਯਾਦ ਰੱਖਦਾ उस तरीके नपज जी साहब क्यों नहीं याद करता मैमरी ठीक है तेरी याद आज तो तेरी ठीक है वह स्नेह प्यार वो प्रेम ओ भावना ਤੇਰੀ ਰੂਹ ਦੇ ਵਿੱਚ ਤੇਰੀ ਆਤਮਾ ਤੇਰੀ ਅੰਤਸ਼ ਕਰਨ ਵਿੱਚ ਉਹ ਨਹੀਂ ਹੈਗੀ ਉਸ ਉਸ ਤਰੀਕੇ ਨਾਲ ਗੁਰੂ ਦੀ ਬਾਣੀ ਨਾਲ ਸ਼ਬਦ ਨਾਲ ਪਿਆਰ ਕਰਕੇ ਵੇਖ ਤੇਰੀ ਪ੍ਰੀਤ ਨਹੀਂ ਗਈ ਬਣੀ ਇਹ ਪਿਆਰ ਦਾ ਮਾਰ ਗਿਆ ਇਹ ਪ੍ਰੀਤ ਦਾ ਮਾਰ ਗਿਆ ਇਹ ਪ੍ਰਤੀਤ ਦਾ ਮਾਰ ਗਿਆ ਚੇਤੇ ਚ ਰੱਖਿਓ ਧਰਮ ਦੀ ਦੁਨੀਆ ਚੋਂ ਦੋ ਚੀਜ਼ਾਂ ਕੱਢ ਦੋ ਮਗਰ ਕੁਛ ਨਹੀਂ ਹੈ ਕਿਸੇ ਧਰਮ ਦਾ ਵੀ ਬੰਦਾ ਹੋਵੇ ਕਿਸੇ ਵੀ ਧਰਮ ਦਾ ਤਾਂ ਮੈਂ ਕੋਈ ਸਿੱਖਾ ਹਿੰਦੂ ਆ ਮੁਸਲਮਾਨ ਜੈਨੀ ਬੋਧੀ 크ਰਿਸਚਨ ਯਹੂਦੀ ਕੋਈ ਵੀ ਆ ਉਹਦੇ ਕੋਲ ਦੋ ਚੀਜ਼ਾਂ ਨਹੀਂ ਹੈਗੀਆਂ ਉਹਦੇ ਅੰਦਰ ਪ੍ਰੀਤ ਨਹੀਂ ਹੈਗੀ ਤੇ ਜੇ ਉਹਦੇ ਅੰਦਰ ਪ੍ਰਤੀਤ ਨਹੀਂ ਹੈਗੀ ਧਰਮ ਹੀ ਨਹੀਂ ਹੋ ਸਕਦਾ ਹੋ ਸਕਦਾ YouTube ਤੇ ਕਿਤੇ ਕਥਾ ਹੋਵੇ ਟ੍ਰਾਂਟੋ ਦਾਸ ਨੇ 21 ਦਿਨ ਮੈਂ ਕਥਾ ਕਰਨੀ ਤਿੰਨ ਹਫ਼ਤੇ ਰਹਿਣਾ ਸੀ ਮੈਂ ਉੱਥੇ ਟ੍ਰਾਂਟੋ ਤਿੰਨ ਹਫ਼ਤੇ ਰੋਜ਼ ਸ਼ਾਮ ਨੂੰ ਇੱਕ ਘੰਟਾ ਕਥਾ ਹੁੰਦੀ ਸੀਗੀ 21 ਦਿਨ ਲਗਾਤਾਰ ਇਸੇ ਟੌਪਿਕ ਦੇ ਉੱਤੇ ਕਥਾ ਹੁੰਦੀ ਰਹੀ 21 ਕਥਾ ਵਾਓ ਪ੍ਰੀਤ ਤੇ ਪ੍ਰਤੀਤ ਧਰਮ ਦੀ ਦੁਨੀਆ 'ਚ ਜਿਹੜੇ ਸਿੱਖ ਦੀ ਆਪਣੇ ਗੁਰੂ ਨਾਲ ਪ੍ਰੀਤ ਨਹੀਂ ਜਿਹੜੇ ਸੇਵਕ ਦੀ ਆਪਣੇ ਮੁਰਸ਼ਿਦ ਨਾਲ ਪ੍ਰੀਤ ਨਹੀਂ ਬਣੀ ਪਿਆਰ ਨਹੀਂ ਬਣਿਆ ਧਰਮੀ ਨਹੀਂ ਹੋ ਸਕਦਾ ਜਿਹੜੇ ਸਿੱਖ ਨੂੰ ਜਿਹੜੇ ਸੇਵਕ ਨੂੰ ਆਪਣੇ ਗੁਰੂ ਦੇ ਉੱਤੇ ਪ੍ਰਤੀਤ ਨਹੀਂ ਸ਼ਰਧਾ ਨਹੀਂ ਉਹਦੀ ਵਿਸ਼ਵਾਸ ਨਹੀਂਗਾ ਧਰਮੀ ਨਹੀਂਗਾ ਹੋ ਸਕਦਾ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ ਤਮ ਸਿਜੋ ਜੋਰ ਅਵਰ ਸੰਗ ਤੋਰੀ ਸਾਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਜਾਂ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਇਕਾਗਰ ਰਹੇ ਹੋ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਜਣਾ ਕਰਤੂਤਾ ਦਾ ਕੀ ਕਰੀਏ ਕਹਿੰਦਾ ਨਾਮ ਸੱਜਣ ਹੀ ਰਹਿਣ ਦੋ ਤੇ ਬਾਬਾ ਮੇਰੀ ਤੇ ਬੜਿਆਂ ਸਾਲਾਂ ਦੀ ਆਦਤ ਬਣ ਗਈ ਆ ਚੋਰੀਆਂ ਕਰਨ ਦੀ ਤੇ ਲੋਕਾਂ ਨੂੰ ਕਤਲ ਕਰਨ ਦੀ ਆਇਆ ਆ ਤੇ ਆਦਤ ਕਰਤੂਤਾ ਬਦਲਦੇ ਗੁਰੂ ਨਾਨਕ ਨੇ ਇੱਕ ਗੱਲ ਆਖੀ ਜੀ ਆ ਧਿਆਨ ਨਾਲ ਸੁਣਿਓ ਕਹਿੰਦੇ ਮਰਦਾਨਿਆਂ ਦੱਸੋ ਮਹਾਰਾਜ ਕਹਿੰਦੇ ਲੋਹਾ ਹੋ ਗਿਆ ਤੱਤਾ ਲੋਹਾ ਗਰਮ ਹੋ ਗਿਆ ਹੁਣ ਇਹਦੇ ਮਨ ਦਾ ਇਹਦੇ ਹਿਰਦੇ ਦਾ ਲੋਹਾ ਹੋ ਗਿਆ ਤੱਤਾ ਮਨ ਹਿਰਦੇ ਦਾ ਲੋਹਾ ਹੋ ਗਿਆ ਗਰਮ ਤੇ ਮਰਦਾਨਾਂ ਜੀ ਕਹਿੰਦੇ ਮਹਾਰਾਜ ਹੁਣ ਕਹਿੰਦੇ ਰਬਾਬ ਛੇੜ ਮਨ ਦਾ ਲੋਹਾ ਹੋ ਗਿਆ ਲਾਲ ਸੁਰਖ ਤਤਾ ਹੁਣ ਸ਼ਬਦ ਦਾ ਹਥੌੜਾ ਮਾਰੀਏ ਹਥੌੜਾ ਕਹਿੰਦੇ ਜੇ ਤੁਸੀਂ ਸ਼ਬਦ ਦਾ ਗੁਰਬਾਣੀ ਦਾ ਹਥੌੜਾ ਵਦਾਨ ਮਾਰੀਏ ਤੇ ਜਦੋਂ ਲੋਹਾ ਇਹ ਲਾਲ ਅੱਗ ਵਰਗਾ ਹੋ ਜਾਂਦਾ ਨਾ ਤੇ ਜਦੋਂ ਉਹਦੇ ਤੇ ਪੈਂਦਾ ਵਾ ਹਥੌੜਾ ਜਿਹੜੇ ਪਾਸੇ ਨੂੰ ਤੁਹਾਡਾ ਦਿਲ ਕਰਦਾ ਉਹਨੂੰ ਲੋਹੇ ਨੂੰ ਮੋੜ ਲੋ ਜਿੱਧਰ ਤੁਹਾਲਾ ਦੇਰ ਕਰਦਾ ਉਹਨੂੰ ਮੋਲਡ ਕਰ ਲੋ ਮੁਟ ਜਾਣਾ ਉਹਨੇ ਉੱਧਰ ਕਹਿੰਦੇ ਮਰਦਾਨਿਆਂ ਸੱਜਣ ਦੇ ਮਨ ਹਿਰਦੇ ਦਾ ਲੋਹਾ ਹੋ ਗਿਆ ਤੱਤਾ ਰਬਾਬ ਛੇੜ ਸ਼ਬਦ ਦਾ ਵਦਾਨ ਗੁਰਬਾਣੀ ਦਾ ਥੋੜਾ ਮਾਰੀਏ ਪਾਪਾਂ ਠੱਗੀਆਂ ਕਤਲਾਂ ਵਾਲੇ ਪਾਸੇ ਤੇ ਵਿਕਾਰਾਂ ਤੇ ਚੋਰੀਆਂ ਵਾਲੇ ਪਾਸੇ ਜਾਂਦਾ ਮਨ ਰੱਬ ਵਾਲੇ ਪਾਸੇ ਮੋੜਤੀਏ ਆਹ ਕਰਦੀ ਆ ਬਣੀ ਭਾਈ ਮਰਦਾਨੇ ਨੇ ਛੇੜਿਆ ਰਬਾਬ ਬਾਬੇ ਨਾਨਕ ਨੇ ਗਾਈ ਖਸਮ ਦੀ ਬਾਣੀ ਇੱਕ ਸ਼ਬਦ ਸਿਰਫ ਸਿਰਫ ਇੱਕੋ ਸ਼ਬਦ ਸੁਈ ਰਾਗ ਦਾ ਸ਼ਬਦ ਆ ਉਜਲ ਕਹਿ ਹਾਂ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੇ ਜੇ ਸੌ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਸ਼ਬਦ ਗਾਉਣ ਭਾਈ ਮਰਦਾਨਾ ਰਬਾਬ ਵਜਾਉਂਦਾ ਪਿਆ ਵਾ ਸਾਹਮਣੇ ਬੈਠੇ ਸੱਜਣ ਦੀਆਂ ਅੱਖਾਂ ਵਿੱਚੋਂ ਅਥਰੂ ਸ਼ਮ ਸ਼ਮ ਡਿੱਗੀ ਜਾਂਦੇ ਕੀ ਹੋ ਰਿਹਾ ਭਲਾ ਇੱਥੇ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਗੱਲ ਲਿਖੀ ਜੀ ਕਹਿੰਦੇ ਜਦੋਂ ਬਾਬੇ ਨਾਨਕ ਨੇ ਸ਼ਬਦ ਗਾਇਆ ਨਾ ਜੀ ਤੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਇਆ ਤੇ ਸੱਜਣ ਦੀਆਂ ਅੱਖਾਂ ਚੋਂ ਜਿਹੜੇ ਅਥਰੂ ਡਿੱਗਦੇ ਆ ਨਾ ਕਹਿੰਦੇ ਕਦੀ ਕਦੀ ਵਰਾਗ ਦੇ ਵਿੱਚ ਕਦੀ ਕਦੀ ਬਰਾਗ ਦੇ ਵਿੱਚ ਪ੍ਰੇਮ ਦੇ ਵਿੱਚ ਤੁਹਾਡਾ ਅੱਖੀਆਂ ਦਾ ਪਾਣੀ ਤੁਹਾਡੇ ਦਿਲ ਦੀ ਮੈਲ ਧੋ ਦਿੰਦਾ ਵਾ ਤੁਹਾਡੀਆਂ ਅੱਖੀਆਂ ਦਾ ਪਾਣੀ ਬਰਾਗ ਵਿੱਚ ਤੇ ਉਹਦੇ ਪਿਆਰ ਦੇ ਵਿੱਚ ਨਿਕਲੇ ਹੋਏ ਅਥਰੂ ਕਦੇ ਕਦੇ ਤੁਹਾਡੇ ਅੰਤਿਸ਼ ਕਰਨ ਦੀ ਮੈਲ ਧੋ ਕੇ ਬਾਰ ਕੱਢ ਦਿੰਦੇ ਗੁਰਨਾਨਕ ਸ਼ਬਦ ਗਾ ਰਹੇ ਮਰਦਾਨਾ ਰਬਾਬ ਵਜਾ ਰਿਆ ਸਾਹਮਣੇ ਬੈਠੇ ਸੱਜਣ ਦੀਆਂ ਅੱਖਾਂ ਚੋਂ ਅਥਰੂ ਡਿੱਗ ਰਹਾ ਜਦੋਂ ਤੱਕ ਸ਼ਬਦ ਸਮਾਪਤ ਹੋਇਆ ਵਾ ਸਾਰੀ ਦੀ ਸਾਰੀ ਮੈਲ ਧੁੱਪ ਚੁੱਕੀ ਆ ਸੱਜਣ ਦੀ ਸੁਰਤ ਪ੍ਰੀਤਮ ਦੇ ਦੇਸ਼ ਤੱਕ ਜਾ ਚੁੱਕੀ ਆ ਰੱਬ ਦੇ ਘਰ ਤੱਕ ਸ਼ਬਦ ਸਮਾਪਤ ਵੀ ਹੋ ਗਿਆ ਵਾ ਤੇ ਸੱਜਣ ਅਜੇ ਤੱਕ ਵੀ ਅੱਖਾਂ ਮੀਚ ਕੇ ਬੈਠਾ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਹੁਣ ਅੱਖਾਂ ਨਹੀਂ ਖੋਲਦਾ ਕਹਿੰਦੇ ਜੁੜ ਗਿਆ ਜੁੜ ਗਿਆ ਵਾ ਲੀਨ ਹੋ ਗਿਆ ਧੁੱਪ ਕੀ ਅੰਦਰ ਦੀ ਮਹਿਲ ਸਤਗੁਰ ਸ਼ਬਦ ਉਜਾਰੋ ਦੀਪਾ ਸ਼ਬਦ ਦਾ ਐਸਾ ਦੀਪਕ ਜਲਾ ਦਿੱਤਾ ਵਾ ਇਹਦੇ ਅੰਦਰ ਸਤਗੁਰ ਸ਼ਬਦ ਉਜਾਰੋ ਦੀਪਾ ਬਿਨ ਸੇ ਉਹ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਮਹਾਰਾਜ ਕਹਿੰਦੇ ਸ਼ਬਦ ਦਾ ਦੀਵਾ ਜਗ ਗਿਆ ਇਹਦੇ ਅੰਦਰ ਗਿਆਨ ਦਾ ਦੀਵਾ ਜਗ ਗਿਆ ਇਹਦੇ ਅੰਦਰ ਉਤਰ ਗਈ ਆ ਸਾਰੀ ਦੀ ਸਾਰੀ ਮੈਲ ਐਸੇ ਗੁਰੂ ਨੇ ਆਖਿਆ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮੈਂ ਤੇ ਕਦੀ ਕਦੀ ਬੇਨਤੀ ਕਰਿਆ ਕਰਦਾ ਇਹ ਸਚਾਈ ਜੇ ਵੇਖੋ ਬਾਣੀ ਚੇ ਬਚਨ ਤੇ ਆਇਆ ਭਈ ਜਿਨ ਮਾਨਸ ਤੇ ਦੇਵਤੇ ਕੀਏ ਮਾਨਸ ਦਾ ਅਰਥ ਤੇ ਮਨੋਖੀ ਹੈ ਨਾ ਇਨਸਾਨ ਹੀ ਹੈ ਨਾ ਬੰਦਾ ਉਹ ਗੁਰੂ ਕੇ ਸਿੱਖੋ ਬੰਦਿਆਂ ਨੂੰ ਦੇਵਤੇ ਬਣਾਉਣਾ ਮਾਨਸਾਂ ਨੂੰ ਦੇਵਤੇ ਬਣਾਉਣਾ ਇਨਸਾਨਾਂ ਨੂੰ ਦੇਵਤੇ ਬਣਾਉਣਾ ਇਸ ਬਾਣੀ ਨੇ ਇਹ ਗੱਲ ਤੇ ਇੱਕ ਪਾਸੇ ਰਹੀ ਇਹ ਉਹ ਬਾਣੀ ਜਿਹਨੇ ਰਾਖਸ਼ਾਂ ਨੂੰ ਵੀ ਦੇਵਤੇ ਬਣਾ ਦਿੱਤਾ ਰਾਖਸ਼ਾਂ ਨੂੰ ਕੌਡੇ ਵਰਗੇ ਜਿਹੜੇ ਲੋਕਾਂ ਨੂੰ ਤਲ ਕੇ ਤੇਲ ਦੇ ਕੜਾਏ ਚ ਖਾ ਜਾਣ ਵਾਲੇ ਸੀ ਇਸ ਬਾਣੀ ਨੇ ਉਹਨਾਂ ਨੂੰ ਦੇਵਤੇ ਬਣਾਤਾ ਹੈ ਉਹ ਬਾਣੀ ਆ ਜਿਹੜੀ ਠੱਗਾਂ ਦਾ ਠੱਗਪੁਣਾ ਮੁਕਾ ਦਿੰਦੀ ਆ ਰਾਖਸ਼ਾਂ ਦਾ ਰਾਖਸ਼ਪੁਣਾ ਮੁੱਕ ਜਾਂਦਾ ਹੰਕਾਰੀਆਂ ਦਾ ਹੰਕਾਰ ਉਹ ਬਾਣੀ ਜਿਹੜੀ ਸੱਪਾਂ ਦੀ ਜ਼ਹਿਰ ਮੁਕਾ ਦਿੰਦੀ ਆ ਇਹ ਉਹ ਬਾਣੀਆਂ ਜਿਹੜੇ ਜ਼ਹਿਰ ਵਰਗੇ ਕੌੜੇ ਰੀਠਿਆਂ ਵਿੱਚ ਅੰਮ੍ਰਿਤ ਭਰ ਦਿੰਦੀ ਆ ਉਹ ਬਾਣੀਆਂ ਏ ਚੇਤੇ ਰੱਖਿਓ ਹੁਣ ਤੇ ਆਪਾਂ ਤਰਕ ਕਰਨ ਲੱਗ ਪਏ ਨਾ ਚ ਤਰਕ ਕਰਨ ਲੱਗ ਪਏ ਆਪਾਂ ਪਰ ਕਿਮਾ ਕਰਿਆ ਅੱਜ ਇਹ ਸਚਾਈ ਜਿਹੜਾ ਰੀਠਿਆਂ ਦਾ ਰੋਖਿਆ ਨਾ ਉਥੇ ਰੀਠਿਆਂ ਦਾ ਦਰਖਤ ਰੀਠਾ ਸਾਹਿਬ ਕਿਤੇ ਜਾ ਕੇ ਵੇਖੋ ਇੱਕੋ ਹੀ ਤਣਾਵਾ ਉਹਦਾ ਥੱਲੇੋਂ ਜੜਾਂ ਇੱਕੋ ਹੀ ਆ ਇੱਕ ਪਾਸੇ ਦੇ ਮਿੱਠੇ ਆ ਦੂਜੇ ਪਾਸੇ ਦੇ ਕੌੜੇ ਆ ਕੀ ਕਰ ਲੂਗੀ ਸਾਇੰਸ ਇੱਥੇ ਹੁਣ ਇੱਕ ਪਾਸੇ ਦੇ ਮਿੱਠੇ ਦੂਜੇ ਪਾਸੇ ਦੇ ਕੌੜੇ ਆ ਜਿਹੜੇ ਪਾਸੇ ਬਾਬਾ ਨਾਨਕ ਬੈਠਾ ਸ਼ਬਦ ਗਾਇਆ ਇਹ ਸਚਾਈ ਜੇ ਮੈਂ ਦਿਲ ਦੀ ਬਾਤ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਸਾਧ ਸੰਗਤ ਸੋਚਿਓ ਕਦੀ ਇਹ ਮੇਰੇ ਇੱਕ ਪ੍ਰਚਾਰਕ ਹੋਣ ਦੇ ਨਾਤੇ ਮੇਰੇ ਦਿਲ ਦੀ ਆਵਾਜ਼ ਜਦੋਂ ਕਿਤੇ ਮੈਂ ਰੀਠਾ ਸਾਹਿਬ ਜਾਣਾ ਨਾ ਜੀ ਕਥਾ ਕਰਨ ਜਾਵਾਂ ਜਾਂ ਦਰਸ਼ਨ ਕਰਨ ਜਾਵਾਂ ਉਹ ਜਿਹੜਾ ਰੀਠੇ ਦਾ ਰੁਖ ਵਾ ਨਾ ਉਹ ਜਿਹੜਾ ਰੀਠੇ ਦਾ ਦਰਖਤ ਆ ਜਿਵੇਂ ਮੈਨੂੰ ਕੁਝ ਕਹਿੰਦਾ ਹੋਵੇ ਜਿਵੇਂ ਮੈਨੂੰ ਕੁਝ ਕਹਿੰਦਾ ਪਤਾ ਕੀ ਕਹਿ ਰਿਹਾ ਕਹਿੰਦਾ ਓਏ ਇਸ ਅਸਥਾਨ ਦੇ ਦਰਸ਼ਨ ਕਰਨ ਆਉਣ ਵਾਲਿਆ ਇਸ ਧਰਤੀ ਦੇ ਦਰਸ਼ਨ ਕਰਨ ਆਉਣ ਵਾਲਿਆ ਮੇਰੇ ਕੋਲੋਂ ਪੁੱਛ ਮੈਂ ਬਾਬਾ ਨਾਨਕ ਵੇਖਿਆ ਆ ਮੇਰੇ ਕੋਲੋਂ ਪੁੱਛ ਮੈਂ ਬਾਬਾ ਨਾਨਕ ਵੇਖਿਆ ਵਾ ਕਹਿੰਦਾ ਕੱਲਾ ਵੇਖਿਆ ਹੀ ਨਹੀਂ ਮੈਂ ਬਾਬੇ ਨਾਨਕ ਦਾ ਸ਼ਬਦ ਵੀ ਸੁਣਿਆ ਆ ਉਹਦੀ ਬਾਣੀ ਵੀ ਸੁਣੀ ਆ ਮੈਂ ਮਰਦਾਨੇ ਦੀ ਰਬਾਬ ਦੀਆਂ ਸੁਰਾਂ ਵੀ ਸੁਣੀਆਂ ਵਾ ਅੱਛਾ ਤੂੰ ਮੇਰਾ ਗੁਰੂ ਨਾਨਕ ਵੇਖਿਆ ਕਹਿੰਦਾ ਹਾਂ ਮੇਰਾ ਗੁਰੂ ਨਾਨਕ ਸੁਣਿਆ ਵੀ ਆ ਸ਼ਬਦ ਵੀ ਸੁਣਿਆ ਹੀ ਉਹਦਾ ਕਹਿੰਦਾ ਬੜੇ ਸ਼ਬਦ ਬੜੀ ਬਾਣੀ ਗਾਈ ਉਹਨੇ ਇੱਥੇ ਮਰਦਾਨੇ ਦੀ ਰਬਾਬ ਦੀਆਂ ਮੈਂ ਸੁਰਾਂ ਸੁਣੀਆਂ ਵਾਂ ਤੇ ਆਖਿਆ ਜੇ ਮੇਰਾ ਗੁਰੂ ਨਾਨਕ ਤੂੰ ਸੁਣਿਆ ਵੀ ਆ ਵੇਖਿਆ ਵੀ ਆ ਮਰਦਾਨੇ ਦੀ ਰਬਾਬ ਵੀ ਸੁਣੀ ਹੂੰ ਕਿਹੋ ਜਿਹਾ ਮੇਰਾ ਗੁਰੂ ਨਾਨਕ ਕਿਹੈਸਾ ਹੈ ਮੇਰਾ ਸਤਗੁਰੂ ਨਾਨਕ ਕਹਿੰਦਾ ਬੜਾ ਮਿੱਠਾ ਕਹਿੰਦਾ ਬੜਾ ਮਿੱਠਾ ਬੜਾ ਪਿਆਰਾ ਅੰਮ੍ਰਿਤ ਵਰਗਾ ਮਿੱਠਾ ਉਹਦਾ ਬੋਲ ਅੰਮ੍ਰਿਤ ਵਰਗਾ ਮਿੱਠਾ ਉਹਦਾ ਨੂਰੀ ਚਿਹਰਾ ਅੰਮ੍ਰਿਤ ਵਰਗੀਆਂ ਮਿੱਠੀਆਂ ਰਬਾਬ ਦੀਆਂ ਸੁਰਾਂ ਤੇ ਅੰਮ੍ਰਿਤ ਵਰਗੀ ਮਿੱਠੀ ਉਹਦੀ ਬਾਣੀ ਤੇ ਉਹਦਾ ਸ਼ਬਦ ਉਹਦੇ ਬੋਲ ਅੱਛਾ ਜੇ ਤੂੰ ਮੇਰਾ ਗੁਰੂ ਨਾਨਕ ਵੇਖਿਆ ਵੀ ਆ ਸੁਣਿਆ ਵੀ ਆ ਬੜਾ ਮਿੱਠਾ ਬੜਾ ਪਿਆਰਾ ਤੇਰੇ ਕੋਲ ਮੇਰੇ ਗੁਰੂ ਨਾਨਕ ਦੀ ਕੋਈ ਨਿਸ਼ਾਨੀ ਹੈ ਕੀ ਹੈ ਤੇ ਮੇਰਾ ਬਾਬਾ ਨਾਨਕ ਬੜਾ ਮਿੱਠਾ ਉਹਦੀ ਬਾਣੀ ਬੜੀ ਮਿੱਠੀ ਹੈ ਉਹ ਕੁੜੱਤਣ ਮੁਕਾ ਦਿੰਦੀ ਹੈ ਤੇਰੇ ਕੋਲ ਨਿਸ਼ਾਨੀ ਹੈਗੀ ਕੋਈ ਮੇਰੇ ਗੁਰੂ ਨਾਨਕ ਦੀ ਉਹ ਕਹਿੰਦਾ ਹਾਂ ਮੇਰੀ ਟਾਣੀ ਮੇਰੀ ਡਾਲੀ ਨਾਲੋਂ ਇੱਕ ਰੀਠਾ ਤੋੜ ਕੇ ਮੂੰਹ ਚ ਪਾ ਕੇ ਖਾ ਕੇ ਵੇਖ ਚਬਾ ਕੇ ਵੇ ਮੈਂ ਸੰਭਾਲ ਕੇ ਰੱਖੀਆਂ ਉਹਦੀਆਂ ਨਿਸ਼ਾਨੀਆਂ ਕਿ ਕਿੰਨਾ ਕੁ ਮਿੱਠਾ ਵਾ ਉਹ ਦੁਨੀਆ ਭਾਰ ਵਿੱਚ ਜਿੱਥੇ ਵੀ ਰੀਠੇ ਆ ਜੀ ਇਹ ਕੁਰਬਾਨੀ ਕਰ ਉਹ ਜਿਹੜੇ ਰੀਠੇ ਆ ਨਾ ਉਹ ਰੀਠੇ ਲੈ ਆਓ ਉਹਦੀ ਗਿੱਟਕ ਕੱਢ ਲਓ ਇੱਥੇ ਮਲੇਸ਼ੀਆ ਚ ਲੈ ਆ ਕੇ ਪੰਜਾਬ ਚ ਲੈ ਕੇ ਜਿੱਥੇ ਮਰਜ਼ੀ ਲੈ ਆ ਕੇ ਬੀਜ ਦੋ ਉਗਦਾ ਹੀ ਨਹੀਂਗਾ ਤੇ ਜੇ ਉਗਦਾ ਵਾ ਤੇ ਜਿਹੜੇ ਲੱਗਣਗੇ ਕੌੜੇ ਆ ਉੱਥੇ ਧਰਤੀ ਪਵਿੱਤਰ ਹੋਈ ਏ ਉਹ ਧਰਤੀ ਪਵਿੱਤਰ ਕੀਤੀ ਏ ਗੁਰੂ ਨਾਨਕ ਨੇ ਐਵੇਂ ਨਹੀਂ ਆਖਿਆ ਸਾਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਏ ਉਹ ਕਹਿੰਦਾ ਮੇਰੀ ਟਾਣੀ ਨਾਲੋਂ ਰੀਠਾ ਖਾ ਕੇ ਵੇਖ ਤੋੜ ਕੇ ਜਿੱਦਣ ਦਾ ਗੁਰੂ ਨਾਨਕ ਦਾ ਦਰਸ਼ਨ ਕੀਤਾ ਤੇ ਤੱਕਿਆ ਆ ਤੇ ਪਾਇਆ ਆ ਗੁਰੂ ਨਾਨਕ ਕਹਿੰਦਾ ਸਦਾ ਵਾਸਤੇ ਦੀ ਕੁੜਤਣ ਤੇ ਯਹਰ ਮੁਕਾਤੀ ਆਨੇ ਕਹਿੰਦਾ ਕੱਲੇ ਮੇਰੇ ਨਾਲ ਲੱਗਣ ਵਾਲੇ ਰੀਠੇ ਹੀ ਮਿੱਠੇ ਨਹੀਂ ਹੋਏ ਕੱਲੇ ਰੀਠੇ ਹੀ ਉਹਨੇ ਮਿੱਠੇ ਨਹੀਂ ਕੀਤੇ ਮੇਰੇ ਨਾਲ ਲੱਗਣ ਵਾਲੇ ਰੀਠੇ ਗੁਰੂ ਨਾਨਕ ਦਾ ਪ੍ਰਸ਼ਾਦ ਬਣ ਗਏ ਲੋਕੀ ਬੋਕ ਕਰ ਕਰਕੇ ਕਹਿੰਦੇ ਸਾਨੂੰ ਰੀਠਿਆਂ ਦਾ ਪ੍ਰਸ਼ਾਦ ਦੋ ਪ੍ਰਸ਼ਾਦ ਦਾ ਅਰਥ ਹੁੰਦਾ ਕਿਰਪਾ ਕਹਿੰਦਾ ਹਾਂ ਮੈਂ ਇੱਕ ਰੋਖੀ ਹਾਂ ਮੈਂ ਇੱਕ ਟਰੀ ਦਰਖਤ ਹਾਂ ਤੇ ਪੁੱਛਿਆ ਕੋਈ ਹੋਰ ਗੱਲ ਦੱਸ ਕਹਿੰਦਾ ਇੱਕ ਗੱਲ ਹੋ ਰਹੀ ਮੇਰੇ ਕੋਲ ਪਤਾ ਕੀ ਕਹਿੰਦਾ ਹਾਂ ਮੈਂ ਰੀਠੇ ਦਾ ਰੁੱਖ ਦਰਖਤ ਜਿੱਦਣ ਦਾ ਬਾਬਾ ਨਾਨਕ ਮੇਰੇ ਕੋਲ ਆ ਕੇ ਬਹਿ ਗਿਆ ਨਾ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਮੈਨੂੰ ਸ਼ੋਅ ਮਿਲ ਗਈ ਆ ਸੁਣਦੇ ਹੋ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਜਦੋਂ ਦੀ ਮੈਨੂੰ ਸ਼ੋਅ ਮਿਲ ਗਈ ਆ ਉਹਦੀ ਬਖਸ਼ਿਸ਼ ਮਿਲ ਗਈ ਆ ਕਹਿੰਦਾ ਹੁਣ ਲੋਕੀ ਮੈਨੂੰ ਰੀਠਾ ਨਹੀਂ ਕਹਿੰਦੇ ਹੁਣ ਲੋਕ ਮੈਨੂੰ ਰੀਠਾ ਸਾਹਿਬ ਕਹਿਣ ਲੱਗ ਪਏ ਆ ਵੋਏ ਉਹਨੇ ਤੇ ਰੁੱਖਾਂ ਨੂੰ ਸੇਬੀ ਦਿੱਤੀ ਰੁੱਖਾਂ ਨੂੰ ਜਿੰਨੀ ਦੇਰ ਕੋਈ ਲੱਕੜ ਕਿਸੇ ਟਾਲ ਦੇ ਉੱਤੇ ਪਈ ਲੱਕੜ ਕੋਈ ਵੀ ਬਾਹਰ ਪਈ ਕਿਤੇ ਲੱਕੜ ਹੀ ਆਉ ਪਰ ਜਦੋਂ ਕਿਤੇ ਲੱਕੜ ਲਿਆ ਕੇ ਰੰਦ ਕੇ ਮਸ਼ੀਨਾਂ ਚੋਂ ਕੱਢ ਕੇ ਉਹਦੀ ਬਣਾ ਦੋ ਪਾਲਕੀ ਕੋਈ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਇਹ ਲੱਕੜ ਦੇ ਵਿੱਚ ਰੱਖ ਦੋ ਆਖਿਆ ਜੇ ਕਦੀ ਲੱਕੜ ਤੋਂ ਬਣ ਗਈ ਪਾਲਕੀ ਪਾਲਕੀ ਤੋਂ ਬਣ ਗਈ ਪਾਲਕੀ ਸਾਹਿਬ ਜਦੋਂ ਮੇਰਾ ਸਾਹਿਬ ਬਹਿ ਗਿਆ ਉਹਦੇ ਚ ਚੌਂਕੜਾ ਮਾਰ ਕੇ ਕਦੇ ਆਪਣੇ ਘਰਾਂ ਚ ਬੈੱਡ ਨੂੰ ਬੈੱਡ ਸਾਹਿਬ ਆਖਿਆ ਜੇ ਕਦੀ ਅਲਮਾਰੀ ਸਾਹਿਬ ਖਿੜਕੀ ਸਾਹਿਬ ਆਖਿਆ ਜੇ ਕਦੀ ਹੈ ਤੇ ਲੱਕੜੀ ਹੈ ਉਹ ਵੀ ਲੱਕੜ ਭਾਵੇਂ ਲੱਕੜਿਆ ਭਾਵੇਂ ਪਿੱਤਲ ਆ ਜੋ ਵੀ ਆ ਜਿੰਨੀ ਦੇਰ ਕੋਈ ਕੱਪੜਾ ਕਿਸੇ ਦੁਕਾਨ ਤੇ ਵੇਚਦਾ ਵਾ ਰੂਲੇ ਤੇ ਲਵੇਟਿਆ ਤੇ ਭਾਵੇਂ ਲਵੇਟਿਆ ਆ ਥਾਨ ਦਾ ਜਿੰਨਾ ਮਰਜ਼ੀ ਕੀਮਤੀ ਤੋਂ ਕੀਮਤੀ ਕੱਪੜਾ ਵਾ ਪਿਆ ਹੋਵੇ ਉਹ ਕੱਪੜਾ ਹੀ ਆ ਪਰ ਜੇ ਇੱਕ ਖਾਸ ਨਾਪ ਦਾ ਕੱਪੜਾ ਦੁਕਾਨ ਤੋਂ ਕਟਾ ਕੇ ਘਰ ਲਿਆ ਕੇ ਉਹਨੂੰ ਸਿਉ ਕੇ ਚੰਗੀ ਤਰ੍ਹਾਂ ਪਲਕਾਂ ਬਣਾ ਕੇ ਗੋਟਾ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਲਿਆ ਕੇ ਪੇਟਾ ਕਰਦੀ ਏ ਹੈ ਤੇ ਕਪੜਾ ਹੀ ਹੈ ਤੇ ਕਪੜਾ ਹੀ ਉਹ ਨਾ ਮੇਲਾ ਚ ਬਣਿਆ ਉਹਨਾਂ ਫੈਕਟਰੀਆਂ ਚ ਬਣਿਆ ਜਿਹੜੇ ਆਪਾਂ ਕਪੜੇ ਪਾਏ ਆ ਉਹ ਜ਼बान ਸੜ ਜਾਏ ਉਹ ਮੂੰਹ ਸੜ ਜਾਏ ਜਿਹੜਾ ਮੂੰਹ ਜਿਹੜੀ ਜ਼बान ਆਖੇ ਗੁਰੂ ਗ੍ਰੰਥ ਸਾਹਿਬ ਤੇ ਕਪੜਾ ਦੇ ਦੋ ਆਖਿਆ ਜੇ ਕਦੀ ਕੇਵਲ ਸਮਝਾਉਣ ਵਾਸਤੇ ਮੈਂ ਬੇਨਤੀ ਕਰ ਰਿਹਾ ਹਾਂ ਉਹ ਮੂੰਹ ਸੜ ਜਾਏ ਜ਼बान ਸੜ ਜਾਏ ਜਿਹੜਾ ਮੂੰਹ ਆਖੇ ਗੁਰੂ ਗ੍ਰੰਥ ਸਾਹਿਬ ਤੇ ਕਪੜਾ ਦੇ ਦੋ ਕਹਿ ਸਕਦੇ ਜੀ ਕਪੜੇ ਤੋਂ ਹੋ ਗਿਆ ਰੁਮਾਲਾ ਤੇ ਜਦੋਂ ਲੱਗ ਗਿਆ ਮੇਰੇ ਸਹਬ ਦੇ ਨਾਲ ਤੇ ਕੀ ਬਣ ਗਿਆ ਉਹ ਰੁਮਾਲਾ ਸਹਬ ਬੱਚਿਆਂ ਨੂੰ ਪਾਸੇ ਕਰ ਕਰਕੇ ਕਹਿੰਨੇ ਪੁੱਤ ਇਹਨੂੰ ਝੂਠੇ ਹੱਥ ਨਹੀਂ ਲਾਉਣੇ ਗੁਰੂ ਸਾਹਿਬ ਦਾ ਰੁਮਾਲਾ ਸਾਹਦੇ ਆਏ ਗੁਰਬਾਣੀ ਕਿੱਥੋਂ ਤੱਕ ਲੈ ਜਾਂਦੀ ਉਹਨੇ ਤੇ ਬਸਤਰਾਂ ਨੂੰ ਸੇਭੀ ਦੇਤੀ ਉਹਨੇ ਰੁੱਖਾਂ ਨੂੰ ਸੇਭੀ ਦੇਤੀ ਕਿਦਰੇ ਰੀਠਾ ਸਹਬ ਫਲਾਈ ਸਹਬ ਆ ਸੁਲਤਾਨਪੁਰ ਲੋਧੀ ਮਨਾਉਣਾ 550 ਸਾਲਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪੰਜਾਬ ਦੀ ਧਰਤੀ ਤੇ ਉੱਥੇ ਇੱਕ ਗੁਰਦੁਆਰਾ ਰੁੱਖ ਦੇ ਨਾਂ ਤੇ ਦਰਖਤ ਦੇ ਨਾਂ ਤੇ ਗੁਰਦੁਆਰਾ ਹੈ ਟਰੀ ਹੈ ਰੁੱਖ ਗੁਰਦੁਆਰਾ ਸ੍ਰੀ ਬੇਰ ਸਾਹਿਬ ਬੇਰ ਇੱਕ 베ਰੀ ਰੁੱਖਾ ਜਿਹਨੂੰ ਬੇਰ ਲੱਗਦੇ ਆ ਜਿੱਥੇ ਬਾਬਾ ਨਾਨਕ ਚੌਂਕੜਾ ਮਾਰ ਕੇ ਬਹਿ ਗਿਆ ਸੇਬੀ ਦਿੱਤੀ ਉਹਨੇ ਉਹਨਾਂ ਨੂੰ ਤੈਨੂੰ ਕਿਉਂ ਨਹੀਂ ਬਣਾ ਸਕਦਾ ਤੂੰ ਤੇ ਉਹਦਾ ਸਿੱਖ ਆ ਤੇਰੀ ਸੁਰਤ ਬਿਰਤੀ ਨੂੰ ਪ੍ਰੀਤਮ ਦੇ ਘਰ ਤੱਕ ਕਿਉਂ ਨਹੀਂ ਲੈ ਕੇ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਚ ਚਾਰ ਬਚਨ 2 ਮਿੰਟਾਂ ਚ ਮੈਂ ਸਾਂਝੇ ਕਰਕੇ ਸਮਾਪਤੀ ਕਰ ਦੇਣੀ ਭਾਈ ਸਾਹਿਬ ਜੀ ਪਹੁੰਚ ਗਏ ਕੀਰਤਨ ਦੀ ਸ਼ੈਬਰ ਲਗਣੀ ਆਪਾਂ ਲਾਹਾ ਲੈਣਾ ਆਖੋ ਸਤਨਾਮ ਸ਼੍ਰੀ ਜਿੰਦਗੀ ਚ ਇੱਕ ਗੱਲ ਯਾਦ ਰੱਖਿਓ ਜਿਹੜਾ ਜੰਮਦਾ ਵਾ ਉਹ ਮਰ ਜਾਂਦਾ ਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਜੋ ਉਪਜਿਓ ਸੋ ਬਿਨਸਾ ਜਿਹੜਾ ਉਪਜਦਾ ਆ ਉਹ ਬਿਨਸ ਜਾਂਦਾ ਹੈ ਜਿਹੜਾ ਜੰਮਦਾ ਹੈ ਜਨਮਨ ਤਾਂ ਮਰਨੰ ਜਿਸ ਦਾ ਜਨਮ ਆ ਉਹਦੀ ਮੌਤ ਆ ਜਿਹੜਾ ਉਪਜਦਾ ਉਹ ਬਿਨਸ ਜਾਂਦਾ ਆ ਸਤਿਗੁਰੂ ਕੀ ਆ ਨਾ ਸਤਿਗੁਰ ਜਨਮ ਦਾ ਆ ਨਾ ਸਤਿਗੁਰ ਉਪਜਦਾ ਕਿਉਂਕਿ ਜਿੰਨੇ ਜੰਮਣਾ ਵਾ ਤੇ ਜਿੰਨੇ ਉਪਜਣਾ ਉਹਨੇ ਨਾਸ਼ ਹੋ ਜਾਣਾ ਚਾਰ ਬਚਨ ਧਿਆਨ ਨਾਲ ਸੁਣਿਓ 2 ਮਿੰਟਾਂ ਚ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਇਸ ਧਰਤੀ ਤੇ ਆਏ ਤੇ ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਕੀ ਆਖਿਆ ਪਿਸ ਸਤਗੁਰ ਨਾਨਕ ਜਨਮਿਆ ਵਾ ਨਹੀਂ ਨਾ ਆਖਿਆ ਪ੍ਰਗਟਿਆ ਆਖਿਆ ਨਾ ਸਤਗੁਰ ਨਾਨਕ ਪ੍ਰਗਟਿਆ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਿਓ ਕਲਗੀਧਰ ਪਾਤਸ਼ਾਹ ਦੇ ਬਚਨ ਪੜ੍ਹ ਲਿਓ ਜਿੱਥੇ ਪ੍ਰਗਟ ਸ਼ਬਦ ਆਇਆ ਵਾ ਧਿਆਨ ਨਾਲ ਸੁਣਦੇ ਹੋ ਜਿੱਥੇ ਪ੍ਰਗਟ ਸ਼ਬਦ ਆਇਆ ਵਾ ਜਿੱਥੇ ਪ੍ਰਗਟਿਆ ਸ਼ਬਦ ਆਇਆ ਵਾ ਜਿੱਥੇ ਪ੍ਰਗਟਿਓ ਸ਼ਬਦ ਆਇਆ ਵਾ ਜਿੱਥੇ ਪ੍ਰਗਟਿ ਆਏ ਸ਼ਬਦ ਆਇਆ ਵਾ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਉਥੇ ਉਹਦੇ ਵਾਸਤੇ ਆਇਆ ਵਾ ਜਿਹੜਾ ਮਰਦਾ ਨਹੀਂਗਾ ਉਹਦੇ ਲਈ ਆਇਆ ਵਾ ਜਿਹਦਾ ਨਾਸ਼ ਨਹੀਂ ਹੁੰਦਾ ਮੌਤ ਨਹੀਂ ਆਉਂਦੀ ਜਿਨ ਪ੍ਰਗਟ ਪ੍ਰਗਟਿਓ ਪ੍ਰਗਟਿ ਆਏ ਆਹ ਪ੍ਰਗਟਿਆ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰਨਾਨਕ ਕੀ ਵਡਿਆਈ ਮਰਨੀ ਤੇ ਨਹੀਂ ਨਾ ਖਤਮ ਤੇ ਨਹੀਂ ਹੋਣੀ ਗੁਰਨਾਨਕ ਦੀ ਵਡਿਆਈ RAM ਰਮਤ ਮਤ ਪ੍ਰਗਟਿ ਆਈ ਜਿਹੜੀ ਪ੍ਰੀਤਮ ਦੇ ਘਰ ਤੱਕ ਲੈ ਗਈ ਤੁਹਾਨੂੰ ਤਨ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਜਗਤ ਵਿੱਚ ਆਏ ਭਾਈ ਗੁਰਦਾਸ ਨੇ ਗੁਰੂ ਨਾਨਕ ਦੀ ਵਡਿਆਈ ਚ ਲਿਖਿਆ ਵੀ ਜਿਹੜਾ ਸਤਗੁਰ ਨਾਨਕ ਉਹ ਜਨਮਿਆ ਜਾਂ ਉਪਜਿਆ ਨਹੀਂ ਪ੍ਰਗਟਿਆ ਵਾ ਤੇ ਜਿਹੜਾ ਪ੍ਰਗਟਦਾ ਆ ਉਹ ਜੁਗਾਂ ਤੱਕ ਇਸ ਧਰਤੀ ਤੇ ਰਹੇਗਾ ਜੁਗੋ ਜੁਗ ਅਟਲ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਪਹਿਲਾ ਬਚਨ ਦੂਸਰਾ ਕਲਗੀਧਰ ਪਾਤਸ਼ਾਹ ਸੰਸਾਰ ਚ ਹੈ ਧਰਤੀ ਤੇ ਪਟਨਾ ਸਾਹਿਬ ਦੂਜੇ ਭਾਈ ਗੁਰਦਾਸ ਨੇ ਜਿਨ੍ਹਾਂ ਨੂੰ ਆਪਾਂ ਭਾਈ ਗੁਰਦਾਸ ਸਿੰਘ ਵੀ ਕਹਿੰਦੇ ਆ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਿਨ੍ਹਾਂ ਨੇ ਲਿਖਿਆ ਕਲਗੀਧਰ ਪਾਤਸ਼ਾਹ ਦੀ ਵਡਿਆਈ ਚ ਉਹਨਾਂ ਨੇ ਕੀ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਜਨਮਿਆ ਉਪਜਿਆ ਹਾ ਹਾ ਆਕੋ ਸਤਨਾਮ ਸ਼੍ਰੀ ਚਾਰੇ ਬਚਨ ਤੇ ਅੰਨ ਸੁਣੀ ਜੋ ਪਹਿਲਾ ਬਚਨ ਜੀ ਸਤ ਗੁਰ ਨਾਨਕ ਪ੍ਰਗਟਿਆ ਜੇ ਗੁਰੂ ਨਾਨਕ ਪ੍ਰਗਟਿਆ ਵਾ ਤੇ ਜੁਗੋ ਜੁਗ ਅਟਲ ਦਸ਼ਮੇਸ਼ ਪਿਤਾ ਸੰਸਾਰ ਜਗਤ ਵਿੱਚ ਆਏ ਤੇ ਦੂਜੇ ਭਾਈ ਗੁਰਦਾਸ ਸਿੰਘ ਜੀ ਨੇ ਬਚਨ ਵਰਤੇ ਵੈ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੀਜਾ ਬਚਨ ਸਨ 1699 ਦੀ ਵਿਸਾਖੀ ਨੂੰ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਖਾਲਸਾ ਸਿਰਜਿਆ ਤੇ ਸਾਹਮਣੇ ਬੈਠਾ ਖਾਲਸਾ ਤੇ ਕਲਗੀਧਰ ਪਾਤਸ਼ਾਹ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਏ ਅਮਰਤ ਪਾਨ ਕਰਕੇ ਸਾਹਮਣੇ ਬੈਠੇ ਖਾਲਸੇ ਨੂੰ ਕੀ ਆਖਿਆ ਵਾ ਇਹ ਉਪਜਿਆ ਵਾ ਜਾਂ ਜੰਮਿਆ ਵਾ ਏ ਆਹ ਇਹਦੇ ਤੋਂ ਵੱਧ ਕੇ ਕਿਹੜੀ ਵੜਿਆਈ ਚਾਹੀਦੀ ਜੇ ਤੁਹਾਨੂੰ ਜਿਹੜੇ ਬੋਲ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਖੇ ਜਿਹੜੇ ਬੋਲ ਦੂਜੇ ਭਾਈ ਗੁਰਦਾਸ ਸਿੰਘ ਨੇ ਕਲਗੀਧਰ ਦਾਤੇ ਨੂੰ ਆਖੇ ਹੱਦ ਹੋ ਗਈ ਓ ਗੁਰੂ ਕੇ ਸਿੱਖੋ ਓਈਓ ਬੋਲ ਦਸ਼ਮੇਸ਼ ਪਿਤਾ ਨੇ ਖਾਲਸੇ ਵਾਲਾ ਹੱਥ ਕਰਕੇ ਆਖੇ ਐਡੀ ਵੜਿਆਈ ਗੁਰਨਾਨਕ ਜਿੰਨੀ ਵੜਿਆਈ ਤੇਰੀ ਝੋਲੀ ਚ ਪਾਤੀ ਉਸ ਗੁਰੂ ਨੇ ਤਿੰਨੇ ਬਚਨ ਸਾਂਝੇ ਕਰਕੇ ਸੁਣ ਲਿਓ ਸਤ ਗੁਰ ਨਾਨਕ ਪ੍ਰਗਟਿਆ ਸਦਾ ਰਹੂਗਾ ਖਤਮ ਨਹੀਂ ਹੋਣਾ ਦਸ਼ਮੇਸ਼ ਪਿਤਾ ਵਾ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 1699 ਦੀ ਵਿਸਾਖੀ ਨੂੰ ਖਾਲਸਾ ਸਾਜਿਆ ਤੇ ਖਾਲਸੇ ਵਾਲਾ ਹੱਥ ਕਰਕੇ ਕੇਸ ਗੜ ਦੀ ਉੱਚੀ ਪਹਾੜੀ ਤੇ ਮੇਰਾ ਦਾਤਾ ਖਾਲਸੇ ਵਾਲਾ ਹੱਥ ਕਰਕੇ ਬੋਲਿਆ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ ਸਾਰਾ ਕੁਛ ਕਿਤਾਬਾਂ ਚੋਂ ਨਹੀਂ ਗਾ ਮਿਲਦਾ ਹੁੰਦਾ ਡੁੱਬ ਜੋ ਵਿੱਚ ਉਹਦੇ ਕੀ ਕੀ ਵਡਿਆਈ ਗੁਰੂ ਕਰ ਰਿਹਾ ਖਾਲਸਾ ਕੀ ਆ ਪ੍ਰਗਟਿਆ ਨਾ ਫਿਰ ਬਾਬਾ ਨਾਨਕ ਕੀ ਆ ਪ੍ਰਗਟਿਆ ਕਲਗੀਧਰ ਦਾਤਾ ਜੀ ਪ੍ਰਗਟਿਆ ਸਤਗੁਰ ਤੇ ਖਾਲਸਾ ਵੀ ਪ੍ਰਗਟੇ ਰਹਿਣੇ ਆਏ ਆ ਸਦਾ ਖਾਲਸਾ ਅਕਾਲ ਪੁਰਖ ਦੀ ਫੌਜ ਤੇ ਨਾਲ ਬਚਨ ਦੀ ਵਰਤ ਦਿੱਤੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌ ਜਿਹੜਾ ਪ੍ਰਗਟਦਾ ਵਾ ਜਿਹੜਾ ਪ੍ਰਗਟ ਰੂਪ ਵਿੱਚ ਵਾ ਉਹਨੇ ਨਹੀਂ ਗਾ ਮਰਨਾ ਤਿੰਨ ਬਚਨ ਹੋ ਗਏ ਚੌਥਾ ਆਖੋ ਸਤਨਾਮ ਸ਼੍ਰੀ ਆ ਹੁਣੇ ਅਰਦਾਸ ਹੋਊਗੀ ਸਮਾਪਤੀ ਵੇਲੇ ਸਮਾਪਤੀ ਤੋਂ ਬਾਅਦ ਇੱਕ ਦੋਹਰਾ ਪੜਦੇ ਜੇ ਤੁਸੀਂ ਕੀ ਪੜਦੇ ਹੋ ਗੁਰੂ ਗ੍ਰੰਥ ਸਾਹਿਬ ਪ੍ਰਗਟਵਾ ਕੇ ਭਲਾ ਜਨਮ ਆ ਆਖੋ ਸਤਨਾਮ ਸ਼੍ਰੀ ਚਾਰ ਬਚਨ ਆਖਿਆ ਸੀ ਨਾ ਮੈਂ ਸੁਣੀ ਜਾਇਓ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਪੈਣੋ ਫਿਰ ਪੜਿਓ ਗੁਰੂ ਗ੍ਰੰਥ ਜੀ ਮਾਨਿਓ ਕੀ ਆ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਸਤ ਗੁਰ ਨਾਨਕ ਵੀ ਪ੍ਰਗਟ ਬਾਜਾਂ ਵਾਲਾ ਵੀ ਪ੍ਰਗਟਿਓ ਮਰਦਾ ਗਮੜਾ ਪ੍ਰਗਟ ਹੋਇਆ ਤੇ ਖਾਲਸਾ ਪ੍ਰਗਟਿਓ ਖਾਲਸਾ ਤੇ ਉਹ ਵੀ ਪ੍ਰਗਟ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜੇ ਗੁਰੂ ਨਾਨਕ ਪ੍ਰਗਟਿਆ ਵਾ ਪ੍ਰਗਟ ਹੋਇਆ ਵਾ ਤੇ ਜੁਗਾਂ ਤੱਕ ਜੇ ਬਾਜਾਂ ਵਾਲਾ ਪ੍ਰਗਟ ਹੋਇਆ ਵਾ ਤੇ ਜੁਗਾਂ ਤੱਕ ਰਹੂਗਾ ਜੇ ਖਾਲਸਾ ਪ੍ਰਗਟ ਹੋਇਆ ਵਾ ਤੇ ਜੁਗਾਂ ਤੱਕ ਇਸ ਧਰਤੀ ਤੇ ਰਹੂਗਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਰੂਪ ਵਿੱਚ ਸਤਿਗੁਰੂ ਆ ਇਸ ਲਈ ਇਹ ਸਤਿਗੁਰ ਇਸ ਧਰਤੀ ਤੇ ਜੁਗਾਂ ਤੱਕ ਸੁਭਾਏਮਾਨ ਰਹੇਗਾ ਜੁਗਾਂ ਤੱਕ ਜੁਗੋ ਜੁਗ ਅਟਾਲਿਆ ਏ ਅਰਦਾਸ 'ਚ ਇੱਕ ਹੋਰ ਬਚਨ ਕਹਿੰਦੇ ਜੇ ਨਿਕਾਜੇ ਬਚਨ ਮੈਨੂੰ ਚੇਤੇ ਆ ਗਿਆ ਜੇ ਗੁਰੂ ਜੁਗੋ ਜੁਗ ਅਟਾਲ ਤੇ ਖਾਲਸਾ ਵੀ ਜੁਗਾਂ ਤੱਕ ਰਹਿਣਾ ਅਰਦਾਸ ਵਿੱਚ ਆਪਾਂ ਇੱਕ ਬਚਨ ਕਹਿੰਦੇ ਆਂ ਜੀ ਰੋਜ਼ ਅੱਜ ਵੀ ਆਖੋਗੇ ਸਵੇਰੇ ਸ਼ਾਮ ਜਦੋਂ ਅਰਦਾਸ ਕਰਦਾ ਸੀ ਕਹਿੰਦਾ ਵਾ ਚੌਕੀਆਂ ਝੰਡੇ ਬੁੰਗੇ ਕਦੋਂ ਤੱਕ ਰਹਿਣੇ ਆ ਭਲਾ ਏ 100 ਸਾਲ 200 ਸਾਲ 400 ਸਾਲ 1000 ਸਾਲ ਲੱਖ ਸਾਲ ਬਸ ਚੌਕੀਆਂ ਇਹ ਕਲੀਆਂ ਚੌਂਕੀਆਂ ਆ ਜਿਹੜੇ ਆਪਾਂ ਬਾਹਰ ਫਿਰ ਤੁਰ ਕੇ ਨਗਰ ਕੀਰਤਨ ਕੱਢਦੇ ਉਹਨਾਂ ਚੌਂਕੀਆਂ ਦੀ ਗੱਲ ਹੀ ਨਹੀਂ ਭਾਈ ਸਾਹਿਬ ਜੀ ਬੈਠੇ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਕੀਰਤਨ ਹੈ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਉੱਥੇ ਚੌਂਕੀਆਂ ਕੀਰਤਨ ਦੀਆਂ ਆਸਾ ਕੀ ਵਾਰ ਦੀ ਚੌਂਕੀ ਆ ਇਹ ਕਲਿਆਣ ਦੀ ਚੌਂਕੀ ਆ ਇਹ ਸੋਦਰ ਦੀ ਚੌਂਕੀ ਆ ਇਹ ਆਰਤੀ ਦੀ ਚੌਂਕੀ ਆ ਇਹ ਜਿਹੜੀਆਂ ਚੌਂਕੀਆਂ ਵੀ ਆ ਕੀਰਤਨ ਦੀਆਂ ਵੀ ਇਹ ਵੀ ਜੁਗਾਂ ਤੱਕ ਰਹਿਣੀਆਂ ਆ ਤੁਹਾਡੇ ਬੁੰਗੇ ਵੀ ਜੁਗਾਂ ਤੱਕ ਰਹਿਣੇ ਆ ਚੌਂਕੀਆਂ ਝੰਡੇ ਗੁਰੂ ਦਾ ਖਾਲਸਾ ਜੁਗਾਂ ਤੱਕ ਆ ਗੁਰੂ ਜੁਗਾਂ ਤੱਕ ਰਹਿਣਾ ਤੇ ਗੁਰੂ ਕੇ ਖਾਲਸਾ ਤੇਰੇ ਕੇਸਰੀ ਨਿਸ਼ਾਨ ਸਾਹਿਬ ਇਸ ਦੁਨੀਆ ਦੇ ਉੱਤੇ ਜੁਗਾਂ ਤੱਕ ਝੁੱਲਦੇ ਰਹਿਣੇ ਆ ਜੁਗਾਂ ਤੱਕ ਕਿਉਂਕਿ ਤੇਰਾ ਗੁਰੂ ਜੁਗੋ ਜੁਗਾ ਟੱਲੇ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਉਹ ਗੁਰੂ ਆ ਸਾਡਾ ਐਵੇਂ ਥਾਂ ਥਾਂ ਤੇ ਨਾ ਭਟਕਦਾ ਫਿਰ ਮੱਥੇ ਰਗੜਦਾ ਫਿਰ ਗੁਰੂ ਦਾ ਹੋ ਜਾ ਸਤਗੁਰ ਦਾ ਹੋ ਜਾ ਗੁਰੂ ਤੇ ਹੈ ਹੀ ਤੇਰਾ ਸਤਗੁਰ ਤੇ ਹੈ ਇਤਰਾ ਗੁਰੂ ਨੂੰ ਨਹੀਂ ਕਹਿਣ ਦੀ ਲੋੜ ਕਿ ਜੇ ਮੈਂ ਗੁਰੂ ਦਾ ਹੋ ਜਾ ਤਾਂ ਗੁਰੂ ਮੇਰਾ ਹੋ ਜਾਊਗਾ ਉਹ ਗੁਰੂ ਤੇ ਇਦਾਂ ਬਾਵਾ ਖੜੀਆਂ ਕਰਕੇ ਦੋਵੇਂ ਤੈਨੂੰ ਵਾਜਾਂ ਮਾਰਦਾ ਭੁੱਲਿਆ ਭਟਕਿਆ ਠੋਕਰਾਂ ਖਾਂਦਿਆ ਬੰਦਿਆ ਆਹ ਗੁਰੂ ਦੇ ਸਿੱਖਾ ਮੇਰੀ ਸ਼ਰਨ ਵਿੱਚ ਡਿੱਗ ਮੇਰੇ ਦਰ ਤੇ ਤੇ ਆਖ ਦੇ ਇੱਕ ਵਾਰੀ ਮੇਲ ਲਹਿਓ ਦਇਆਲ ਟਹਿ ਪਏ ਦਵਾਰਿਆ ਉਹ ਧਰਤੀ ਤੋਂ ਚੁੱਕ ਕੇ ਆਪਣੇ ਗਲ ਨਾਲ ਲਾ ਲੈਂਦਾ ਕੱਲਾ ਗਲ ਨਾਲ ਹੀ ਨਹੀਂ ਲਾ ਲੈਂਦਾ ਤੇਰੀ ਟੁੱਟੀ ਜਨਮ ਜਨਮਾਂ ਤਰਾਂ ਦੀ ਸੁਰਤ ਨੂੰ ਪ੍ਰੀਤਮ ਦੇ ਘਰ ਤੱਕ ਪਹੁੰਚਾ ਦਿੰਦਾ ਲੋਕ ਪਰਲੋਕ ਵਿੱਚ ਤੇਰੀ ਬਾਹ ਫੜ ਕੇ ਰੱਖਦਾ ਬਸ਼ਰਤੇ ਕਿ ਤੇਰਾ ਜੀਵਨ ਇਹ ਬਣ ਜੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਪ੍ਰਤਖ ਗੁਰੂ ਨਿਸਤਾਰੇ ਗੁਰੂ ਦਾ ਹੋ ਜਾ ਸਤਗੁਰ ਦੀ ਬਖਸ਼ਿਸ਼ ਦਾ ਬਣ ਪਾਤਰ ਤਾਂ ਕਿ ਮਨਾਏ ਹੋਏ ਪੁਰਬ ਸਫਲ ਹੋ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਅੱਪੇ ਮੇਲੇ ਬਣ ਜੀਏ ਬੇਅੰਤ ਭੁੱਲਾਂ ਦੀ ਖਿਮਾ ਸਮੇਂ ਦੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਸਾਹਿਬ ਜੀ ਦਾ ਰੋਮ ਰੋਮ ਕਰਕੇ ਸ਼ੁਕਰ ਹੈ ਧੰਨ ਗੁਰਗ੍ਰੰਥ ਸਾਹਿਬ ਪਿਤਾ ਜੀ ਦਾ ਸਾਰੀਆਂ ਸੰਗਤਾਂ ਦਾ ਧੰਵਾਦ ਸਹੁ ਪ੍ਰਬੰਧਕ ਸਹਿਬਾਨਾਂ ਦਾ ਧੰਵਾਦ ਔਰ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਵਾਦ ਸਿੱਖ ਯੂਥ ਆਫ ਅਮਰੀਕਾ ਦੇ ਮਾਫ ਕਰਨਾ ਸਿੱਖ ਯੂਥ ਆਫ ਮਲੇਸ਼ੀਆ ਦੇ ਸਾਰੇ ਦੇ ਸਾਰੇ ਮੇਰੇ ਨੌਜਵਾਨ ਵੀਰ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਉਦਮ ਕੀਤਾ ਸਾਰਿਆਂ ਦਾ ਧੰਵਾਦ ਟੈਰੀ ਵੀਰ ਜੀ ਹੁਰੀ ਉਹਨਾਂ ਦੇ ਸਾਰੇ ਦੇ ਸਾਰੇ ਸਹਿਯੋਗੀ ਜੋ ਬੇਅੰਤ ਪਿਆਰ ਸਤਿਕਾਰ ਸਮੇ ਸਮੇ ਤੇ ਬਖਸ਼ਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਕੀਰਤਨ ਦੀ ਸ਼ੈਬਰ ਲਾਉਣੀ ਉਹਨਾਂ ਨੇ ਸਾਰਿਆਂ ਨੇ ਭੇਜਣ ਦੀ ਕੋਸ਼ਿਸ਼ ਕਰਨੀ ਚਿਮ ਚਿਮ ਵਰਸੇ ਅੰਮ੍ਰਿਤ ਧਰ ਆਓ ਸਾਰੇ ਲਾਹਾ ਲਈਏ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਕੱਲ ਸ਼ਾਮ ਦੇ ਸਮੇਂ ਵੀ ਇੱਥੋਂ ਹੀ ਕਥਾ ਕਲ ਨੂੰ ਆਪਾਂ ਆਰੰਭ ਕਰਨੀ ਆ ਤੇ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਪੁੱਲਾਂ ਚੁੱਕਾਂ ਦੀ ਮਾਫੀ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ 와 <머래> 히트로치